ਇਹ ਚੜ੍ਹਦੀ ਕਲਾ ਜਿਹੜੀ ਤੁਸੀਂ ਇਸ ਆਪਣੀ ਪ੍ਰਦਰਸ਼ਨੀ ਨੂੰ ਨਾਮ ਦਿੱਤਾ, ਇਸ ਨਾਮ ਦਾ ਤਹੱਈਆ ਕਿਵੇਂ ਬਣਿਆ ਅਤੇ ਇਸ ਪ੍ਰਦਰਸ਼ਨੀ ਦੇ ਵਿੱਚ ਕੀ ਹੈ ਜਿਹੜਾ ਤੁਹਾਨੂੰ ਲੱਗਿਆ ਕਿ ਕੈਨੇਡਾ ਦੇ ਅੰਦਰ ਇਸ ਪ੍ਰਦਰਸ਼ਨੀ ਨੂੰ ਇਸ ਨਾਮ ਨਾਲ ਦਰਸ਼ਕਾਂ ਦੇ ਸਾਹਮਣੇ ਲਿਆਉਣਾ ਜ਼ਰੂਰੀ ਹੈ? ਕੈਨੇਡਾ ਵਾਸੀਆਂ ਨੂੰ ਉਹਨਾਂ ਨੂੰ ਦੱਸਿਆ ਜਾਵੇ ਕਿ ਕਿਵੇਂ ਚਾਹੇ ਰਾਜ ਭਾਗ ਖੁੱਸ ਗਏ ਨੇ, ਘੱਲੂਘਾਰੇ ਹੋ ਗਏ ਨੇ, ਪਰ ਜਿਹੜੀ ਚੜ੍ਹਦੀ ਕਲਾ ਦਾ ਕੌਨਸੈਪਟ ਹੈ ਨਾ, ਉਹ ਸਾਡੇ 'ਚ ਉਵੇਂ ਹੀ ਰੈਜ਼ੋਨੇਟ ਕਰਦਾ ਜਿੱਦਾਂ ਪੁਰਾਤਨ ਸਿੰਘਾਂ ਦੇ ਹਿਰਦਿਆਂ 'ਚ ਕਰਦਾ ਹੁੰਦਾ ਸੀਗਾ ਕਿ ਜੇ ਕਿਸੇ ਨੇ ਸਿੱਖ ਹਿਸਟਰੀ ਪੜ੍ਹਨੀ ਹੋਵੇ ਤਾਂ ਉਹ ਅਰਦਾਸ ਕਰ ਲਵੇ ਅਤੇ ਉਹਨੂੰ ਤਕਰੀਬਨ ਪਤਾ ਲੱਗ ਜਾਂਦਾ। ਜੀ ਜੀ, ਫਿਰ ਵੀ ਇੱਕ ਉਮੀਦ ਹੁੰਦੀ ਹੈ ਕਿ ਇਸ ਪ੍ਰਦਰਸ਼ਨੀ ਦੇ ਅੰਦਰ ਜਦੋਂ ਕੋਈ ਆਵੇ, ਉਸਦੇ ਵਿੱਚ ਦਾਖਲ ਹੋਵੇ ਅਤੇ ਉਹ ਇਸ ਅਵਸਥਾ ਦੇ ਨਾਲ ਇਸ ਪ੍ਰਦਰਸ਼ਨੀ ਦੀ ਇਸ ਤਰਤੀਬ ਨੂੰ ਸਮਝੇ। ਜੀ ਜੀ, ਉਹ ਤਰਤੀਬ ਕਿਹੋ ਜਿਹੀ ਹੈ ਤੁਹਾਡੀ ਪ੍ਰਦਰਸ਼ਨੀ? ਲਾਹੌਰ ਟੂ ਲੰਡਨ ਜਰਨੀ ਆਫ ਚੜ੍ਹਦੀ ਕਲਾ। ਤੁਸੀਂ ਦੇਖੋ, ਅਸੀਂ ਕੈਨੇਡਾ 'ਚ ਬੈਠੇ, ਅਸੀਂ ਜਿਹੜਾ ਸਿੱਖ ਰਾਜ ਸਰਕਾਰ ਖਾਲਸਾ ਦੀ ਗੱਲ ਕਰ ਰਹੇ ਹਾਂ। ਸਾਡਾ ਮੰਨਣਾ ਇਹ ਹੈ ਕਿ ਤੁਸੀਂ ਪੰਜਾਬੀ ਨੂੰ, ਸਿੱਖ ਨੂੰ ਪੰਜਾਬ 'ਚੋਂ ਤਾਂ ਕੱਢ ਸਕਦੇ ਹੋ, ਪਰ ਉਹਦੇ ਚੇਤਿਆਂ 'ਚੋਂ ਪੰਜਾਬ ਨਹੀਂ ਕੱਢ ਸਕਦੇ। ਬੇਸ਼ੱਕ ਉਹ ਸਰਕਾਰ ਖਾਲਸਾ ਸਿੱਖ ਰਾਜ ਸੀਗਾ ਪੰਜਾਬ ਦੇ ਉੱਪਰ, ਪਰ ਉੱਥੇ ਹਰੇਕ ਨੌਨ ਸਿੱਖ ਦੀ ਸ਼ਮੂਲੀਅਤ ਸੀਗੀ ਉਹਦੇ ਵਿੱਚ। ਇੰਗਲੈਂਡ ਦੇ ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਸੀਗਾ। ਸੋ ਆਪਾਂ ਗੱਲ ਕਰ ਰਹੇ 1910 ਦੇ ਆਲੇ ਦੁਆਲੇ ਦੀ। ਉਸ ਵਕਤ ਸੋਫੀਆ ਦਲੀਪ ਸਿੰਘ ਨੇ ਪੂਰਾ ਉਸ ਜਿਹੜੀ ਮੂਵਮੈਂਟ ਸੀ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕੀਤਾ। ਸਾਡੀ ਰਾਣੀ ਮਹਾਰਾਣੀ ਉਹ ਸਾਡੇ ਫੌਜੀਆਂ ਦੀ ਸੇਵਾ ਕਰ ਰਹੀ ਆ, ਅਤੇ ਉਹ ਉਹਨਾਂ 'ਚ ਚੜ੍ਹਦੀ ਕਲਾ ਕਿਵੇਂ ਆਉਂਦੀ ਹੋਏਗੀ? ਸੋਫੀਆ ਦਲੀਪ ਸਿੰਘ ਦੀ ਜਿਹੜੀ ਸਕ੍ਰੈਪ ਬੁੱਕ ਆ ਇਹ ਦੁਨੀਆ 'ਚ ਇੱਕੋ ਹੀ ਆ ਜੀ, ਕਿਉਂਕਿ ਇਹ ਉਹਨਾਂ ਦੀ ਆ। ਇਸੇ ਤਰ੍ਹਾਂ ਵਿਕਟਰ ਦਲੀਪ ਸਿੰਘ ਦਾ ਕੇਸ ਹੈ, ਉਹ ਦੁਨੀਆ 'ਚ ਇੱਕੋ ਹੀ ਆ ਉਹਨਾਂ ਦਾ ਆ। ਇਸ ਤਰ੍ਹਾਂ ਕਾਫੀ ਚੀਜ਼ਾਂ ਨੇ ਜਿਹੜੀਆਂ ਆਪਾਂ ਕਹਿ ਸਕਦੇ ਵਨ ਆਫ ਏ ਕਾਇੰਡ ਨੇ। ਇਤਿਹਾਸ ਤੁਸੀਂ ਉਹਨੂੰ ਆਪਣੇ ਹਿਸਾਬ ਨਾਲ ਉਹਨੂੰ ਰੀਕ੍ਰੀਏਟ ਨਹੀਂ ਕਰ ਸਕਦੇ ਜਾਂ ਉਹਨੂੰ ਰੀਡਿਫਾਈਨ ਨਹੀਂ ਕਰ ਸਕਦੇ। ਜੇ ਤੁਸੀਂ ਕਰਨ ਦੀ ਕੋਸ਼ਿਸ਼ ਕਰੋਗੇ ਤੁਸੀਂ ਕੁਛ ਨਾ ਕੁਛ ਗਲਤੀ ਕਰੋਗੇ। ਜਦੋਂ ਤੁਸੀਂ ਕਿਸੇ ਵੀ ਧਰਮ ਨੂੰ, ਚਾਹੇ ਉਹ ਹਿੰਦੂ ਧਰਮ ਹੈ, ਮੁਸਲਿਮ ਸਿੱਖ ਧਰਮ ਹੈ, ਜਦੋਂ ਇਹਨੂੰ ਤੁਸੀਂ ਵੈਸਟਰਨ ਲੈਂਸ ਨਾਲ ਦੇਖੋਗੇ, ਤੁਸੀਂ ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਸੀਂ ਕਿੱਥੇ ਜਾ ਕੇ ਖੜ ਗਏ ਹੋ ਇਸ ਟਾਈਮ। ਤੁਹਾਨੂੰ ਆਪਣੀ ਬੋਲੀ ਬੋਲਣ ਲੱਗੇ, ਕੋਈ ਸ਼ਬਦ ਕਹਿਣ ਲੱਗੇ ਤੁਹਾਨੂੰ ਸੰਗ ਆਉਣ ਲੱਗ ਪਵੇ, ਇਹਦਾ ਮਤਲਬ ਤੁਸੀਂ ਕਿਸੇ ਹੋਰ ਦੇ ਝੰਡੇ ਦੇ ਥੱਲੇ ਜਾ ਕੇ ਖੜ ਚੁੱਕੇ ਹੋ। ਸੰਤਾਲੀ ਨੂੰ ਜਦੋਂ ਪੰਜਾਬ ਦੀ ਵੰਡ ਹੋਈ ਤੇ ਉਸ ਵੰਡ ਨੇ ਵੱਡੀ ਤ੍ਰਾਸਦੀ ਨੂੰ ਜਨਮ ਤਾਂ ਦਿੱਤਾ ਹੀ, ਪਰ ਉਸ ਵੰਡ ਦੇ ਨਾਲ ਬਹੁਤ ਸਾਰੇ ਨਿਸ਼ਾਨ ਸਾਡੇ ਕੋਲ ਅਜਿਹੇ ਆਏ ਜਿਹੜੇ ਸਾਡੇ ਅਦਬ ਦੇ ਹਵਾਲੇ ਨਾਲ ਕਵੀਆਂ ਨੇ, ਕਹਾਣੀਕਾਰਾਂ ਨੇ ਸਾਡੇ ਤੱਕ ਪਹੁੰਚਾਏ। ਤੇ ਇੱਕ ਡਾਕੂਮੈਂਟੇਸ਼ਨ ਸੀ ਤਾਂ ਕਿ ਅਸੀਂ ਸਮਝ ਸਕੀਏ ਕਿ ਇਸ ਵੰਡ ਦੀ ਪੀੜ ਕਿਹੋ ਜਿਹੀ ਹੈ। ਪਰ ਇਸ ਵੰਡ ਦੀ ਪੀੜ ਦੇ ਨਾਲੋਂ ਨਾਲ ਇੱਕ ਚੀਜ਼ ਹੋਰ ਸਮਝਣ ਵਾਲੀ ਹੈ, ਉਹ ਸੀ ਸਾਡਾ ਜਜ਼ਬਾ। ਜਿਹਨੂੰ ਕੁਲਵੰਤ ਸਿੰਘ ਵਿਰਕ ਹੋਣਾ ਦੀ ਜੇ ਖੱਬਲ ਕਹਾਣੀ ਪੜ੍ਹੀਏ ਤਾਂ ਇਹੋ ਸੀ ਕਿ ਪੰਜਾਬੀਆਂ ਦਾ ਉਜਾੜਾ ਜਿੰਨਾ ਵਾਰ ਮਰਜ਼ੀ ਹੋਵੇ, ਪਰ ਪੰਜਾਬੀ ਹਮੇਸ਼ਾ ਚੜ੍ਹਦੀ ਕਲਾ 'ਚ ਉਸ ਖੱਬਲ ਵਾਂਗੂ ਹੀ ਹੈ ਕਿ ਉਹ ਫਿਰ ਤੋਂ ਆਪਣੇ ਆਪ ਨੂੰ ਦੁਬਾਰਾ ਸੁਰਜੀਤ ਕਰਦੇ ਨੇ। ਇਸੇ ਚੜ੍ਹਦੀ ਕਲਾ ਦਾ ਹੀ ਸੀ ਕਿ ਖਾਧਾ ਪੀਤਾ ਲਾਹੇ ਦਾ ਬਾਕੀ ਐ ਮਸ਼ਾਏ ਦਾ, ਆਪਣੀ ਕਿਸਮਤ 'ਤੇ ਉਸ ਤਰ੍ਹਾਂ ਰੋਣਾ ਨਾ ਰੋਣਾ ਅਤੇ ਫਿਰ ਤੋਂ ਦੁਬਾਰਾ ਖੜ੍ਹੇ ਹੋ ਜਾਣਾ। ਇਸੇ ਕਰਕੇ ਸ਼ਾਇਦ ਪ੍ਰੋਫੈਸਰ ਪੂਰਨ ਸਿੰਘ ਹੋਣਾ ਨੇ ਕਿਹਾ ਸੀ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਮ 'ਤੇ। ਇਹ ਸਾਡੀ ਬੇਪਰਵਾਹੀ ਸੀ ਜੋ ਸਾਨੂੰ ਪੰਜਾਬ ਦੀ ਜਰਖੇਜ਼ ਫਲਸਫੇ ਦੇ ਵਿੱਚੋਂ ਸਾਡੇ ਗੁਰੂਆਂ ਨੇ ਸਾਨੂੰ ਦਿੱਤੀ। ਇਸ ਦੀ ਗੱਲ ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਇੱਕ ਉਦਾਹਰਣ ਮੈਨੂੰ ਹੋਰ ਯਾਦ ਆ ਰਹੀ ਹੈ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦੀਆਂ ਪਾ ਗਏ, ਉਸ ਤੋਂ ਬਾਅਦ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਣੇ ਸ਼ੁਰੂ ਹੋ ਗਏ। ਉਹ ਦੌਰ 4 ਦਹਾਕਿਆਂ ਦਾ ਅਜਿਹਾ ਸੀ ਜਿਸ ਦੇ ਵਿੱਚ ਵੱਡਾ ਸਟਰਗਲ ਸੀ, ਸੰਘਰਸ਼ ਸੀ, ਜਿਸ ਦੇ ਵਿੱਚ ਸਾਡੇ ਕੋਲ ਘਰ ਬਾਰ ਨਹੀਂ ਸੀ, ਜੰਗਲਾਂ ਦੇ ਵਿੱਚ ਠਿਕਾਣਾ ਸੀ, ਰਹਿਣ ਨੂੰ ਘਰ ਨਹੀਂ ਸੀ, ਸਿਰ 'ਤੇ ਛੱਤ ਨਹੀਂ ਸੀ, ਖਾਣ ਪੀਣ ਦਾ ਠਿਕਾਣਾ ਨਹੀਂ ਸੀ। ਅਤੇ ਉਦੋਂ ਫਿਰ ਸਿੰਘਾਂ ਨੇ ਜਦੋਂ ਛੋਲੇ ਵੀ ਖਾਧੇ ਤਾਂ ਉਹ ਬਦਾਮ ਮੰਨ ਕੇ ਹੀ ਖਾਧੇ। ਇਹ ਚੜ੍ਹਦੀ ਕਲਾ ਦੀ ਉਹ ਸਪਿਰਿਟ ਸੀ
ਜਿਹਨੇ ਸਿੰਘਾਂ ਨੂੰ ਫਿਰ ਤੋਂ ਸੁਰਜੀਤ ਕੀਤਾ ਅਤੇ ਦੇਸ਼ ਪੰਜਾਬ ਦੇ ਰੂਪ ਦੇ ਵਿੱਚ ਸਾਡੇ ਕੋਲ ਇੱਕ ਆਪਣਾ ਰਾਜ ਆਇਆ ਜਿਹਨੂੰ ਅਸੀਂ ਖਾਲਸਾ ਰਾਜ ਦੇ ਤੌਰ ਤੇ ਜਾਣਦੇ ਹਾਂ, ਸਾਡੇ ਮਹਾਰਾਜਾ ਰਣਜੀਤ ਸਿੰਘ ਹੁਣਾਂ ਦਾ ਰਾਜ। ਇਹ ਗੱਲ ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਇਸਦਾ ਸਬੱਬ ਬਣਿਆ ਕੈਨੇਡਾ ਦੇ ਵਿੱਚ ਵਣਜਾਰਾ ਨੋਮੈਡ ਮਿਊਜ਼ੀਅਮ ਦੇ ਰਾਜ ਸਿੰਘ ਭੰਡਾਲ ਹੁਣਾਂ ਨੇ ਇੱਕ ਪ੍ਰਦਰਸ਼ਨੀ ਦਾ ਸਬੱਬ ਬਣਾਇਆ ਜਿਹੜੀ ਕਿ ਮਈ ਮਹੀਨੇ ਤੱਕ ਉਸ ਪ੍ਰਦਰਸ਼ਨੀ ਦੇ ਵਿੱਚ ਤੁਸੀਂ ਜਾ ਸਕਦੇ ਹੋ, ਉਸਦਾ ਫੁਰਨਾ ਤੁਸੀਂ ਮਹਿਸੂਸ ਕਰ ਸਕਦੇ ਹੋ। ਉਹਨਾਂ ਨੇ ਇਸ ਪ੍ਰਦਰਸ਼ਨੀ ਨੂੰ ਨਾਮ ਦਿੱਤਾ ਕਿ ਜਰਨੀ ਆਫ ਚੜ੍ਹਦੀ ਕਲਾ ਲੰਡਨ ਟੂ ਲਾਹੌਰ। ਸੋ ਇਸਦੇ ਬਾਰੇ ਆਪਾਂ ਗੱਲਾਂ ਕਰਾਂਗੇ, ਇਸਦੇ ਬਹਾਨੇ ਗੱਲਾਂ ਕਰਾਂਗੇ। ਸੋ ਭੰਡਾਲ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਅੱਜ ਦੇ ਇਸ ਪ੍ਰੋਗਰਾਮ 'ਚ। ਜੀ ਜੀ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ, ਅਤੇ ਸਾਰੇ ਪੰਜਾਬੀਆਂ ਨੂੰ, ਸਾਰੇ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਗੁਰੂ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸ਼ੁਰੂਆਤ ਮੈਂ ਇੱਥੋਂ ਹੀ ਕਰ ਲੈਂਦਾ ਕਿ ਜੇ ਮੈਂ ਤੁਹਾਨੂੰ ਹੀ ਪੁੱਛਾਂ ਤਾਂ ਫਿਰ ਮੈਂ ਇਹੀ ਕਹੂੰਗਾ ਕਿ ਭੰਡਾਲ ਸਾਹਿਬ ਕਿਵੇਂ ਹੋ, ਹੋਰ ਸਭ ਚੜ੍ਹਦੀ ਕਲਾ? ਮੈਂ ਤਾਂ ਪਹਿਲਾਂ ਤਾਂ ਮੈਂ ਇਹ ਕਹਾਂਗਾ ਜੀ, ਬਿਲਕੁਲ ਹਮੇਸ਼ਾ ਹੀ ਚੜ੍ਹਦੀ ਕਲਾ, ਅਤੇ ਦੂਸਰਾ ਮੈਂ ਇਹ ਕਹਾਂਗਾ ਵੀ ਜਦੋਂ ਤੁਸੀਂ ਮੈਨੂੰ ਵੇਖਦੇ ਹੋ ਤੁਹਾਨੂੰ ਕਿੱਦਾਂ ਲੱਗਦਾ ਮੈਂ ਕਿਹੜੀ ਹਾਲ 'ਚ ਹਾਂ? ਮੈਨੂੰ ਲੱਗਦਾ ਕਿ ਤੁਸੀਂ ਚੜ੍ਹਦੀ ਕਲਾ 'ਚ। ਫਿਰ ਉਹ ਜਿੱਦਾਂ ਕਹਿੰਦੇ ਨੇ, ਦੈਨ ਵੀ ਬੋਥ ਆਰ ਔਨ ਦਾ ਸੇਮ ਪੇਜ, ਹੈ ਨਾ? ਸੋ ਦੇਖੋ, ਇੱਕ ਸ਼ਬਦ ਸਾਡੇ ਲਈ ਕਿੰਨਾ ਊਰਜਾ ਦਾ ਸਾਧਨ ਹੈ। ਜਦੋਂ ਅਸੀਂ, ਮੈਂ ਜਸਵੰਤ ਸਿੰਘ ਨੇਕੀ ਹੁਣਾਂ ਦੀ ਅਰਦਾਸ ਪੜ੍ਹ ਰਿਹਾ ਸੀ, ਜਿਹੜੀ ਉਹਨਾਂ ਨੇ ਅਰਦਾਸ ਦੇ ਬਾਰੇ ਕਿਤਾਬ ਲਿਖੀ ਆ, ਤੇ ਉਸਦੇ ਵਿੱਚ ਇਕੱਲੀ ਇਕੱਲੀ ਚੀਜ਼ ਦੀ ਜੋ ਵਿਆਖਿਆ ਕਰਦੇ ਹੋ ਆਪਣੇ ਆਪ ਦੇ ਵਿੱਚ ਕਮਾਲ ਹੈ ਕਿ ਸਿੰਘਾਂ ਦੀ ਅਰਦਾਸ ਜਿਹਦੇ ਵਿੱਚ ਅਸੀਂ ਦਸਾਂ ਗੁਰੂਆਂ ਦਾ ਨਾਮ ਯਾਦ ਕਰਦੇ ਹੋਏ, ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੁੰਦੇ ਹੋਏ, ਆਪਣੇ ਪੰਜ ਪਿਆਰਿਆਂ ਨੂੰ, 40 ਮੁਕਤਿਆਂ ਨੂੰ ਯਾਦ ਕਰਦੇ ਹੋਏ, ਗੁਰਧਾਮਾਂ ਨੂੰ ਯਾਦ ਕਰਦੇ ਹੋਏ, ਆਪਣੇ ਸ਼ਹੀਦੀਆਂ ਨੂੰ ਯਾਦ ਕਰਦੇ ਹੋਏ, ਨਾਮਦਾਨ ਮੰਗਦੇ ਹਾਂ, ਵਿਵੇਕਦਾਨ ਮੰਗਦੇ ਹਾਂ, ਅਰਦਾਸ ਕਰਦੇ ਹਾਂ, ਉਸਦੇ ਵਿੱਚ ਨਨਕਾਣਾ ਸਾਹਿਬ ਦੀ ਵੀ ਅਰਦਾਸ ਹੈ, ਵੰਡ ਹੋ ਗਈ ਹੈ, ਪਰ ਸਾਡੀ ਸਪਿਰਿਟ ਦੇ ਅੰਦਰ ਇੱਕ ਉਮੀਦ ਹੈ ਤੇ ਉਹ ਚੜ੍ਹਦੀ ਕਲਾ ਦੀ ਹੈ ਕਿ ਅਸੀਂ ਵਿਛੜੇ ਗੁਰਧਾਮਾਂ ਦੇ ਦਰਸ਼ਨ ਹੀ ਮੰਗਦੇ ਹਾਂ। ਤੇ ਇਹ ਚੜ੍ਹਦੀ ਕਲਾ ਜਿਹੜੀ ਤੁਸੀਂ ਇਸ ਆਪਣੀ ਪ੍ਰਦਰਸ਼ਨੀ ਨੂੰ ਨਾਮ ਦਿੱਤਾ, ਇਸ ਨਾਮ ਦਾ ਤਹੱਈਆ ਕਿਵੇਂ ਬਣਿਆ ਅਤੇ ਇਸ ਪ੍ਰਦਰਸ਼ਨੀ ਦੇ ਵਿੱਚ ਕੀ ਹੈ ਜਿਹੜਾ ਤੁਹਾਨੂੰ ਲੱਗਿਆ ਕਿ ਕੈਨੇਡਾ ਦੇ ਅੰਦਰ ਇਸ ਪ੍ਰਦਰਸ਼ਨੀ ਨੂੰ ਇਸ ਨਾਮ ਨਾਲ ਦਰਸ਼ਕਾਂ ਦੇ ਸਾਹਮਣੇ ਲਿਆਉਣਾ ਜ਼ਰੂਰੀ ਹੈ? ਜੀ, ਇਹਨੂੰ ਮੈਂ ਇਸ ਤਰ੍ਹਾਂ ਕਹਿ ਸਕਦਾ ਕਿ ਜਦੋਂ ਸਿੱਖ ਰਾਜ ਖੁੱਸਿਆ, ਕਿਉਂਕਿ ਆਪਣੀ ਜਿੰਨੀ ਕਲੈਕਸ਼ਨ ਹੈ ਨਾ, ਉਹ ਤਕਰੀਬਨ ਉਸ ਸਮੇਂ ਦੇ ਆਲੇ ਦੁਆਲੇ ਘੁੰਮਦੀ ਹੈ, ਔਰ ਅਸੀਂ ਕੋਸ਼ਿਸ਼ ਕੀਤੀ ਹੈ ਵੀ ਇੱਕ ਉਹਦੀ ਛੋਟੀ ਜਿਹੀ ਝਾਤ ਪਵਾਈ ਜਾਵੇ ਕੈਨੇਡਾ ਵਾਸੀਆਂ ਨੂੰ, ਉਹਨਾਂ ਨੂੰ ਦੱਸਿਆ ਜਾਵੇ ਕਿ ਕਿਵੇਂ ਚਾਹੇ ਰਾਜ ਭਾਗ ਖੁੱਸ ਗਏ ਨੇ, ਘੱਲੂਘਾਰੇ ਹੋ ਗਏ ਨੇ, ਪਰ ਜਿਹੜੀ ਚੜ੍ਹਦੀ ਕਲਾ ਦਾ ਕੋਨਸੈਪਟ ਹੈ ਨਾ, ਉਹ ਸਾਡੇ 'ਚ ਉਵੇਂ ਹੀ ਰੈਜ਼ੋਨੇਟ ਕਰਦਾ ਜਿੱਦਾਂ ਪੁਰਾਤਨ ਸਿੰਘਾਂ ਦੇ ਹਿਰਦਿਆਂ 'ਚ ਕਰਦਾ ਹੁੰਦਾ ਸੀਗਾ। ਸੋ ਇਹਦੇ ਵਿੱਚ ਹੁਕਮ ਵੀ ਹੈ, ਇਹਦੇ ਵਿੱਚ ਨਜ਼ਰ ਵੀ ਹੈ, ਇਹਦੇ 'ਚ ਮਿਹਰ ਵੀ ਆ, ਅਸੀਂ ਭਾਣਾ ਵੀ ਮੰਨਦੇ ਹਾਂ। ਸੋ ਇਹ ਸਾਰੇ ਚੀਜ਼ਾਂ ਨੂੰ ਇਕੱਠੇ ਕਰਕੇ, ਸਾਰੇ ਇਹਨਾਂ ਸੋਚਾਂ ਨੂੰ ਇੱਕ ਬੜੀ ਸੰਖੇਪ ਜਿਹੀ ਛੋਟੀ ਜਿਹੀ ਪ੍ਰਦਰਸ਼ਨੀ ਲਾਈ ਹੈ, ਔਰ ਉਹਦੇ ਵਿੱਚ ਅਸੀਂ ਆਪਣੀ ਬੋਲੀ ਅਤੇ ਬੋਲਿਆਂ ਦੀ ਗੱਲ, ਆਪਣੇ ਇਤਿਹਾਸ ਦੀ ਗੱਲ, ਜਿਵੇਂ ਤੁਸੀਂ ਅਰਦਾਸ ਦਾ ਜ਼ਿਕਰ ਕੀਤਾ ਨਾ, ਵੀ ਅਰਦਾਸ ਨੂੰ ਮੈਂ ਇੱਕ ਸਿੱਖ ਬੜੀ ਸੰਖੇਪ ਹਿਸਟਰੀ ਦੀ ਮੰਨਦਾ ਕਿ ਜੇ ਕਿਸੇ ਨੇ ਸਿੱਖ ਹਿਸਟਰੀ ਪੜ੍ਹਨੀ ਹੋਵੇ ਤਾਂ ਉਹ ਅਰਦਾਸ ਕਰ ਲਵੇ ਅਤੇ ਉਹਨੂੰ ਤਕਰੀਬਨ ਪਤਾ ਲੱਗ ਜਾਂਦਾ। ਸੋ ਸੋ ਅਸੀਂ ਇਹ ਸੋਚ ਰਹੇ ਸੀ ਕਿ ਕਿਉਂ ਨਾ ਜਿਹੜੇ ਸਾਡੇ ਗੋਰੇ ਭਰਾ ਨੇ ਜਾਂ ਚੀਨੀ ਨੇ ਜਾਂ ਹੋਰ ਮੂਲ ਦੇ ਨੇ, ਨੌਨ ਸਿੱਖ ਨੇ ਜਿਹੜੇ, ਉਹਨਾਂ ਅੱਗੇ ਅਸੀਂ ਆਪਣੇ ਸ਼ਬਦ, ਆਪਣੀ ਜਿਹੜੀ ਦਸ਼ਾ ਆ ਤੇ ਦਿਸ਼ਾ, ਉਹ ਉਹਨਾਂ ਦੇ ਅੱਗੇ ਰੱਖੀਏ ਆਪਾਂ, ਉਹਨਾਂ ਦੇ ਅੱਗੇ ਜੀ। ਤੇ ਫਿਰ ਇਸ ਦਸ਼ਾ ਤੇ ਦਿਸ਼ਾ ਦਾ ਜੋ ਤੁਸੀਂ ਸੁਮੇਲ ਇਸ ਪ੍ਰਦਰਸ਼ਨੀ ਦੇ ਵਿੱਚ ਰੱਖਿਆ, ਇਸ ਦੇ ਵਿੱਚ ਜਿਹੜਾ ਇੱਕ ਤਰਤੀਬ ਵਾਰ ਇੱਕ ਹੁੰਦਾ ਕਿ ਤੁਸੀਂ ਤੇ ਪ੍ਰਦਰਸ਼ਨੀ ਦਾ ਸੈਟਅਪ ਕਰ ਦਿੱਤਾ, ਪਰ ਇੱਕ ਹੁੰਦਾ ਹੈ ਕਿ ਆਉਣ ਵਾਲਾ ਉਸ ਤਰਤੀਬ ਨੂੰ ਕਿਵੇਂ ਵੇਖੇ, ਕਿਉਂਕਿ ਹਿਊਮਨ ਮਾਇੰਡ ਜਿਹੜਾ ਹੁੰਦਾ ਆ, ਬੰਦੇ ਦਾ ਜਿਹੜਾ ਵਿਹਾਰ ਹੁੰਦਾ ਆ, ਉਹ ਉਸਦੇ ਪੈਮਾਨੇ ਕਿਸੇ ਗਣਿਤ ਦੇ ਫਾਰਮੂਲੇ ਵਰਗੇ ਨਹੀਂ ਹੁੰਦੇ। ਹਰ ਹਰ ਮਾਨਸਿਕਤਾ ਦਾ ਇੱਕ ਆਪਣੀ ਅਵਸਥਾ ਹੁੰਦੀ ਆ, ਫਿਰ ਵੀ ਇੱਕ ਉਮੀਦ ਹੁੰਦੀ ਹੈ ਕਿ ਇਸ ਪ੍ਰਦਰਸ਼ਨੀ ਦੇ ਅੰਦਰ ਜਦੋਂ ਕੋਈ ਆਵੇ, ਉਸਦੇ ਵਿੱਚ ਦਾਖਲ ਹੋਵੇ ਤੇ ਉਹ ਇਸ ਅਵਸਥਾ ਦੇ ਨਾਲ ਇਸ ਪ੍ਰਦਰਸ਼ਨੀ ਦੀ ਇਸ ਤਰਤੀਬ ਨੂੰ ਸਮਝੇ। ਜੀ ਜੀ, ਉਹ ਤਰਤੀਬ ਕਿਹੋ ਜਿਹੀ ਆ ਤੁਹਾਡੀ ਪ੍ਰਦਰਸ਼ਨੀ ਦੀ? ਉਹ ਤਰਤੀਬ ਇਸ ਤਰ੍ਹਾਂ ਆ ਕਿ ਜਿਹੜਾ ਪੰਜਾਬ 'ਚ ਵੱਸਦੇ ਪੰਜਾਬੀਆਂ ਲਈ ਆਪਣਾ ਸੁਨੇਹਾ,
ਉਹ ਇਹ ਹੈ ਜੀ, ਜਿਸ ਤਰ੍ਹਾਂ ਹੁਣ ਆਪਾਂ ਗੱਲ ਕਰ ਰਹੇ ਹਾਂ ਨਾ ਲਾਹੌਰ ਟੂ ਲੰਡਨ ਜਰਨੀ ਆਫ ਚੜ੍ਹਦੀ ਕਲਾ, ਤੁਸੀਂ ਦੇਖੋ ਅਸੀਂ ਕੈਨੇਡਾ 'ਚ ਬੈਠੇ, ਅਸੀਂ ਜਿਹੜਾ ਸਿੱਖ ਰਾਜ ਸਰਕਾਰ ਏ ਖਾਲਸਾ ਦੀ ਗੱਲ ਕਰ ਰਹੇ ਹਾਂ ਕਿ ਕਿਵੇਂ ਉੱਥੋਂ ਜਿਹੜਾ ਸਾਡੇ ਸ਼ਾਹੀ ਜਿਹੜਾ ਆਪਾਂ ਕਹਿ ਸਕਦੇ ਹਾਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਪਰਿਵਾਰ ਹੈ, ਜਿਹੜਾ ਸਿੱਖ ਪਰਿਵਾਰ ਹੈ, ਉਹਨੂੰ ਕਿਸ ਤਰ੍ਹਾਂ ਲੰਡਨ ਲਿਜਾਇਆ ਗਿਆ, ਔਰ ਇਹ ਸਾਰੇ ਬਿਰਤਾਂਤ ਨੂੰ ਅਸੀਂ ਕੈਨੇਡਾ 'ਚ ਬਹਿ ਕੇ ਦੇਖ ਰਹੇ ਹਾਂ। ਸੋ ਇਹਦਾ ਸਾਡਾ ਮੰਨਣਾ ਇਹ ਹੈ ਕਿ ਤੁਸੀਂ ਪੰਜਾਬੀ ਨੂੰ ਸਿੱਖ ਨੂੰ ਪੰਜਾਬ 'ਚੋਂ ਤਾਂ ਕੱਢ ਸਕਦੇ ਹੋ, ਪਰ ਉਹਦੇ ਚੇਤਿਆਂ 'ਚੋਂ ਪੰਜਾਬ ਨਹੀਂ ਕੱਢ ਸਕਦੇ। ਸੋ ਜਦੋਂ ਕੋਈ ਵਾਹਿਗੁਰੂ ਜਦੋਂ ਕੋਈ ਦੇਖਦਾ ਹੈ ਔਰ ਜਦੋਂ ਇਹਦਾ ਸਿਰਲੇਖ ਪੜ੍ਹਦਾ ਹੈ ਇਹ ਜਰਨੀ ਆਫ ਚੜ੍ਹਦੀ ਕਲਾ, ਉਹਨੂੰ ਆਪ ਮੁਹਾਰੇ ਇਹ ਸੋਚਣਾ ਪੈਣਾ ਆ, ਉਹਨੂੰ ਇਹਦੀ ਟ੍ਰਾਂਸਲੇਸ਼ਨ ਲੱਭਣੀ ਪੈਣੀ ਆ ਕਿ ਵਟ ਇਜ਼ ਚੜ੍ਹਦੀ ਕਲਾ, ਔਰ ਉਹਨਾਂ ਉਹਨੂੰ ਗੂਗਲ 'ਤੇ ਜਾਣਾ ਹੀ ਪਏਗਾ ਕਿ ਉਹ ਦੇਖਣ ਲਈ। ਉੱਦਾਂ ਅਸੀਂ ਕਹਿ ਸਕਦੇ ਸੀਗੇ ਇਹ ਜਰਨੀ ਆਫ ਪਾਜ਼ਿਟਿਵਿਟੀ, ਉਹਦੇ ਲਈ ਸੌਖਾ ਹੋ ਜਾਣਾ ਸੀਗਾ, ਪਰ ਅਸੀਂ ਚਾਹੁੰਦੇ ਹਾਂ ਜਿੱਦਾਂ ਅਸੀਂ ਇੱਥੇ ਆ ਕੇ ਜਿਹੜੇ ਅੰਗਰੇਜ਼ੀ ਸ਼ਬਦ ਨੇ ਉਹਨਾਂ ਦੇ ਬੋਲੇ ਨੇ ਉਹ ਸਮਝੇ ਨੇ, ਇਸੇ ਤਰ੍ਹਾਂ ਅਸੀਂ ਵੀ ਆਪਣੇ ਵੱਲੋਂ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ ਕਿ ਚੜ੍ਹਦੀ ਕਲਾ ਕੀ ਹੈ, ਸਰਕਾਰੇ ਖਾਲਸਾ ਕੀ ਹੈ, ਹਮਰਾਖਤ ਪਾਤਸ਼ਾਹੀ ਦਾਵਾ ਕੀ ਹੈ, ਹੁਕਮ ਕੀ ਹੈ, ਨਦਰ ਕੀ ਹੈ, ਮਿਹਰ ਕੀ ਹੈ। ਇਹ ਦੇਖਣ ਵਾਲਾ ਜਦ ਪੜ੍ਹੇਗਾ ਉਹ ਇਤਿਹਾਸ ਦੇ ਸਰਕਾਰੇ ਖਾਲਸਾ ਦੇ ਸਿੱਖ ਰਾਜ ਦੇ ਉਸ ਸਮੇਂ ਵਿੱਚ ਚਲੇ ਜਾਏਗਾ, ਔਰ ਜਿੱਥੇ ਹਰ ਕੌਮ ਹਰ ਮਜ਼ਹਬ ਨੂੰ ਇੱਕੋ ਜਿਹੀ ਜੀ ਪਾਰਟਿਸਪੇਸ਼ਨ ਦਿੱਤੀ ਗਈ ਸੀਗੀ। ਬੇਸ਼ੱਕ ਉਹ ਸਰਕਾਰੇ ਖਾਲਸਾ ਸਿੱਖ ਰਾਜ ਸੀਗਾ ਪੰਜਾਬ ਦੇ ਉੱਪਰ, ਪਰ ਉੱਥੇ ਹਰੇਕ ਨੌਨ ਸਿੱਖ ਦੀ ਸ਼ਮੂਲੀਅਤ ਸੀਗੀ ਉਹਦੇ ਵਿੱਚ। ਸੋ ਇਹ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਦੇਖਣ ਵਾਲਾ ਆ ਉਹ ਇਹਨੂੰ ਇਸ ਐਂਗਲ ਤੋਂ ਦੇਖੇ, ਪਰ ਅਸੀਂ ਇਹ ਵੀ ਆਸ ਕਰਦੇ ਹਾਂ ਕਿ ਉਹ ਆਪਣੀ ਕਹਾਣੀ ਸਾਨੂੰ ਆਪ ਬਣਾ ਕੇ ਸਾਨੂੰ ਦੱਸੇ ਕਿ ਉਹ ਇਹਨੂੰ ਕਿੱਦਾਂ ਦੇਖਦਾ। ਜਿਸ ਤਰ੍ਹਾਂ ਹੁਣ ਆਪਾਂ ਗੱਲ ਕਰ ਰਹੇ ਹਾਂ, ਸੋ ਜਿਹੜੇ ਸਾਡੇ ਭੈਣ ਭਰਾ ਬਜ਼ੁਰਗ ਦੇਖ ਰਹੇ ਆ ਉਹ ਆਪਣੀਆਂ ਗੱਲਾਂ ਤੋਂ ਜਾਂ ਔਨਲਾਈਨ ਇਹਦੇ ਵਰਚੁਅਲ ਟੂਰ 'ਤੇ ਜਾ ਕੇ ਦੇਖਣ ਕਿ ਉਹ ਇਹਨੂੰ ਕਿਹੜੇ ਨਜ਼ਰੀਏ ਤੋਂ ਦੇਖਦੇ ਨੇ। ਸੋ ਔਰ ਸਾਨੂੰ ਖੁਸ਼ੀ ਹੋਏਗੀ ਉਹਨਾਂ ਦਾ ਨਜ਼ਰੀਆ ਜਾਣਨ ਲਈ। ਮੈਂ ਕਿਉਂਕਿ ਕੈਨੇਡਾ ਦੇ ਵਿੱਚ ਨਹੀਂ ਹਾਂ, ਮੈਂ ਵੀ ਉਸ ਵਰਚੁਅਲ ਟੂਰ ਦੇ ਮਾਰਫਤ ਤੁਹਾਡੇ ਪ੍ਰਦਰਸ਼ਨੀ ਦੇ ਵਿੱਚ ਸ਼ਮੂਲੀਅਤ ਕੀਤੀ ਆ। ਜੀ ਜੀ ਤੁਹਾਡੇ ਜਿਹੜਾ ਦਾਖਲ ਹੁੰਦੇ ਆ ਚੜ੍ਹਦੀ ਕਲਾ ਦਾ ਬੋਰਡ ਆ, ਜਿਸ ਦੇ ਵਿੱਚ ਇਹ ਅਹਿਸਾਸ ਕਰਾਇਆ ਗਿਆ ਕਿ ਸਾਡੇ ਲਈ ਚੜ੍ਹਦੀ ਕਲਾ ਕੀ ਆ, ਤੇ ਜੀ ਉਸਦੇ ਜੀ ਵਿੱਚ ਮੈਂ ਦੇਖ ਰਿਹਾ ਕਿ ਕਿਤਾਬਾਂ ਦਾ ਵੀ ਪ੍ਰਦਰਸ਼ਨੀ ਹੈਗੀ ਆ, ਜੀ ਉਸਦੇ ਜੀ ਵਿੱਚ ਇੱਕ ਗੱਡਾ ਵੀ ਪਿਆ ਆ ਸ਼ਾਇਦ, ਤੇ ਕਿਉਂਕਿ ਉਸ ਟੂਰ ਦੇ ਅੰਦਰ ਕਾਫੀ ਬਾਰੀਕ ਚੀਜ਼ਾਂ ਨੇ, ਤੇ ਜੀ ਜੀ ਉਹਨਾਂ ਦਾ ਕੀ ਮਤਲਬ ਹੈ, ਕਿਹੜੀਆਂ ਕਿਹੜੀਆਂ ਕਿਤਾਬਾਂ ਦੀ ਪ੍ਰਦਰਸ਼ਨੀ ਹੈ? ਕਿਉਂਕਿ ਜਿਸ ਤਰ੍ਹਾਂ ਵਣਜਾਰਾ ਨੋਮੈਡ ਕੋਲ, ਜਿੱਥੋਂ ਤੱਕ ਮੇਰਾ ਆਈਡੀਆ ਕਿ 1200 ਤੋਂ ਉੱਪਰ ਬਹੁਤ ਰੇਅਰ ਕਿਤਾਬਾਂ ਦੀ ਕਲੈਕਸ਼ਨ ਤੇ ਹੈ ਹੀ ਆ। ਹਾਂਜੀ ਆਪਣੇ ਕੋਲ ਤਕਰੀਬਨ ਵਾਹਿਗੁਰੂ ਜੀ ਮੇਰੇ ਨਾਲ ਜੀ ਤਕਰੀਬਨ 4000 ਵਸਤਾਂ ਨੇ, ਉਹਦੇ 'ਚ ਕਿਤਾਬਾਂ ਆ ਜਾਂਦੀਆਂ ਨੇ, ਮੈਡਲ ਆ ਜਾਂਦੇ ਨੇ, ਕੁਛ ਸ਼ਸਤਰ ਆ ਜਾਂਦੇ ਨੇ, ਕੁਛ ਟਿਊਨਿਕ ਬਟਨ ਆ ਜਾਂਦੇ ਨੇ, ਨਕਸ਼ੇ ਆ ਜਾਂਦੇ ਨੇ, ਪਰ ਜਿਹੜੀ ਤੁਸੀਂ ਪ੍ਰਦਰਸ਼ਨੀ ਦੀ ਆਪਾਂ ਹੁਣ ਗੱਲ ਕਰ ਰਹੇ ਹਾਂ ਉਹ ਤਕਰੀਬਨ 1840 ਦੀ ਪਹਿਲੀ ਕਿਤਾਬ ਜਿਹੜੀ ਛਪੀ ਹੋਈ ਹੈ ਉਹ ਉਹਦੇ ਵਿੱਚ ਉੱਥੋਂ ਆਪਾਂ ਸ਼ੁਰੂ ਕੀਤਾ ਕਿ ਕਿਸ ਤਰ੍ਹਾਂ ਹੌਲੀ ਹੌਲੀ 1849 'ਚ ਸਿੱਖ ਰਾਜ ਖੁੱਸਿਆ, ਉਹ ਐਨੈਕਸੇਸ਼ਨ ਬਾਰੇ ਆ, ਦੂਸਰੀ ਕਿਤਾਬ ਉਹ ਆ, ਫਿਰ ਉਹਦੇ ਤੋਂ ਬਾਅਦ 'ਚੋਂ ਅਟਕ ਦਰਿਆ ਆਪਣਾ ਵਾਹਿਗੁਰੂ ਸਿੰਧ ਦਰਿਆ ਦੇ ਉੱਪਰ ਅਟਕ ਫੋਰਟ ਹੈ ਜਿਹੜਾ ਉਹਦੀ ਇੱਕ ਤਸਵੀਰ ਹੈ, ਫਿਰ ਵਰਲਡ ਵਾਰ ਦੇ ਮੈਡਲ ਨੇ, ਫਿਰ ਜਿਹੜੀਆਂ ਆਪਣੀਆਂ ਸਿੱਖ ਰਿਆਸਤਾਂ ਹੁੰਦੀਆਂ ਸੀ ਉਹਨਾਂ ਦੇ ਰਾਜਿਆਂ ਦੀ ਇੱਕ ਤਸਵੀਰ ਹੈ ਇਕੱਠੇ ਬੈਠਿਆਂ ਦੀ, ਪੁਰਾਤਨ ਨਕਸ਼ੇ ਨੇ ਉਹਦੇ ਵਿੱਚ ਜਿਹੜੇ ਸਾਂਝੇ ਪੰਜਾਬ ਅਨਡਿਵਾਈਡਿਡ ਪੰਜਾਬ ਜਾਂ ਸਾਂਝੇ ਪੰਜਾਬ ਦੇ ਹੁੰਦੇ ਸੀਗੇ। ਸੋ ਉਹ ਤਕਰੀਬਨ 1840 ਤੋਂ ਲੈ ਕੇ 1919 ਤੱਕ ਦਾ ਇਤਿਹਾਸ ਹੈ, ਔਰ ਉਹਦੇ ਵਿੱਚ ਸੋਫੀਆ ਦਲੀਪ ਸਿੰਘ ਦੀ ਆਪਣੀ ਇੱਕ ਸਕ੍ਰੈਪ ਬੁੱਕ ਹੈ ਜੀ, ਜਿਹਦੇ ਵਿੱਚ ਜਦੋਂ 1990 'ਚ ਇੱਕ ਬ੍ਰਿਟਿਸ਼ ਇੰਡੀਅਨ ਕੰਟਿੰਜੈਂਟ ਦੀ ਸੈਲੀਬ੍ਰੇਸ਼ਨ ਹੋਈ ਇੰਗਲੈਂਡ ਦੇ ਵਿੱਚ, ਤੇ ਉੱਥੋਂ ਆਪਣੇ ਜਿਹੜੇ ਕਾਫੀ ਬ੍ਰਿਟਿਸ਼ ਪੰਜਾਬੀ ਜਿਹੜੇ ਜੰਗਾਂ 'ਚ ਲੜੇ ਫਸਟ ਵਰਲਡ ਵਾਰ 'ਚ ਉਹਨਾਂ ਲਈ ਉਹ ਸਮਾਗਮ ਸੀਗਾ, ਔਰ ਉੱਥੇ ਜਿੰਨੇ ਵੀ ਸੂਬੇਦਾਰ ਜਾਂਦੇ ਹੁੰਦੇ ਸੀ ਜਾਂ ਜਿਹੜੇ ਹਾਇਰ ਅਫੀਸ਼ੀਅਲ ਹੁੰਦੇ ਸੀਗੇ, ਸੋਫੀਆ ਦਲੀਪ ਸਿੰਘ ਉਹਨਾਂ ਨੂੰ ਆਪਣੇ ਘਰੇ ਸਾਦੀ ਹੁੰਦੀ ਸੀ ਚਾਹ 'ਤੇ, ਔਰ ਉਹਨਾਂ ਨਾਲ ਗੱਲਾਂ ਬਾਤਾਂ ਕਰਦੀ ਸੀ, ਉਹਨਾਂ ਦੀ ਤਸਵੀਰ ਖਿੱਚਦੀ ਹੁੰਦੀ ਸੀ, ਫਿਰ ਉਹ ਤਸਵੀਰ ਖਿੱਚ ਕੇ ਉਹਨਾਂ ਦੇ ਪਿੰਡ ਭੇਜਦੀ ਹੁੰਦੀ ਸੀਗੀ।
ਔਰ ਪਿੰਡੋਂ ਫਿਰ ਇੱਕ ਚਿੱਠੀ ਉਹਨੂੰ ਇੱਕ ਜਵਾਬ ਦੇ ਤੌਰ ਤੇ ਆਉਂਦੀ ਹੁੰਦੀ ਸੀਗੀ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜੀ ਉਹਦੇ ਵਿੱਚ। ਔਰ ਉਹ ਤੁਸੀਂ ਤੁਸੀਂ ਸੋਫੀਆ ਦਲੀਪ ਸਿੰਘ ਦਾ ਜ਼ਿਕਰ ਕੀਤਾ ਆ, ਤੇ ਮੈਂ ਕਹਿੰਦਾ ਵੀ ਇਹ ਇਤਫਾਕ ਆ ਜਾਂ ਇਸ ਕਰਕੇ ਆ ਕਿਉਂਕਿ ਅਸੀਂ ਹਮੇਸ਼ਾ ਇਸ ਚੀਜ਼ ਦਾ ਇਨੀਸ਼ੀਏਟਿਵ ਲਿਆ ਤੇ ਤਾਂ ਇਤਫਾਕ ਸਾਡੇ ਨਾਲ ਜੁੜ ਜਾਂਦਾ ਆ ਕਿ ਜਦੋਂ ਗੁਰਦੁਆਰਾ ਸੁਧਾਰ ਲਹਿਰ ਆਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਹੋਈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਫ ਗੁਰਦੁਆਰੇ ਦੇ ਸੁਧਾਰ ਤੱਕ ਹੀ ਮਹਦੂਦ ਨਹੀਂ ਸੀ, ਉਹਨੇ ਉਸ ਤੋਂ ਉੱਪਰ ਵੀ ਬਹੁਤ ਅੱਗੇ ਦੇ ਕੰਮ ਸ਼ਬਦ ਗੁਰੂ ਦੇ ਆਸਰੇ ਦੇ ਵਿੱਚ ਹਰਿਆਵਲ ਦਸਤਾ ਅਕਾਲੀ ਦਲ ਬਣਾ ਕੇ ਅਤੇ ਉਸ ਪੂਰੀ ਮੂਵਮੈਂਟ ਦੇ ਅੰਦਰ ਹਿੱਸਾ ਲਿਆ ਅਤੇ ਉਸ ਦੇ ਵਿੱਚ ਇਹ ਇੱਕ ਬੜਾ ਅਹਿਮ ਆ ਕਿ ਭਾਰਤ ਦੇ ਅੰਦਰ ਬੀਬੀਆਂ ਨੂੰ ਵੋਟ ਦਾ ਅਧਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਭ ਤੋਂ ਪਹਿਲਾਂ ਦਿੱਤਾ, ਜੀ ਤੇ ਜੇ ਜਦੋਂ ਅਸੀਂ ਦੁਨੀਆ ਦੇ ਇਤਿਹਾਸ ਦੇ ਵਿੱਚ ਦੇਖਦੇ ਹਾਂ ਤੇ ਇਹ ਸੁਣਨ ਨੂੰ ਮਿਲਦਾ ਕਿ ਸੋਫੀਆ ਦਲੀਪ ਸਿੰਘ ਹੋਣਾ ਨੇ ਬੀਬੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਜਾਂ ਉਹਨਾਂ ਦੇ ਹਿਊਮਨ ਰਾਈਟਸ ਦੇ ਉੱਤੇ ਬੜਾ ਐਕਟਿਵਿਜ਼ਮ ਜੋ ਪੁਖਤਗੀ ਦੇ ਨਾਲ ਮਜ਼ਬੂਤੀ ਨਾਲ ਕੀਤਾ ਤੇ ਉਹ ਆਪਣੇ ਆਪ ਦੇ ਵਿੱਚ ਯੂਰਪ ਦੇ ਇਤਿਹਾਸ ਦੇ ਵਿੱਚ ਵੱਡਾ ਕਾਰਜ ਆ। ਜੀ ਜੀ ਉਹ ਜਿਹੜੀ ਉਹਨਾਂ ਨੂੰ ਐਜ਼ ਏ ਇੱਕ ਸਫਰਜੈਟ ਮੂਵਮੈਂਟ ਚੱਲੀ ਸੀ, ਜੀ ਉਹਦੇ ਵਿੱਚ ਇੰਗਲੈਂਡ ਦੇ ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਸੀਗਾ। ਸੋ ਆਪਾਂ ਗੱਲ ਕਰ ਰਹੇ 1910 ਦੇ ਆਲੇ ਦੁਆਲੇ ਦੀ। ਜੀ ਉਸ ਵਕਤ ਸੋਫੀਆ ਦਲੀਪ ਸਿੰਘ ਨੇ ਪੂਰਾ ਉਸ ਜਿਹੜੀ ਮੂਵਮੈਂਟ ਸੀ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕੀਤਾ, ਔਰ ਉਹਨਾਂ ਨੇ ਕਿਹਾ ਕਿ ਜੇ ਸਾਨੂੰ ਵੋਟ ਦਾ ਹੱਕ ਨਹੀਂ ਹੋਣਾ ਤਾਂ ਅਸੀਂ ਟੈਕਸ ਨਹੀਂ ਦੇਣਾ ਫਿਰ। ਸੋ ਜੀ ਨੋ ਵੋਟ ਨੋ ਟੈਕਸ, ਉਹਦੇ ਕਰਕੇ ਪੁਲਿਸ ਨੇ ਕਾਫੀ ਇੱਕ ਦਫਾ ਇੱਕ ਮੁਜ਼ਾਹਰੇ ਤੇ ਬੇਸਿਕਲੀ ਹਮਲਾ ਕੀਤਾ, ਤੇ ਉਹਨੂੰ ਆਪਾਂ ਬਲੈਕ ਫਰਾਈਡੇ ਦੇ ਨਾਮ ਨਾਲ ਯਾਦ ਕਰਦੇ ਹਾਂ। ਓਕੇ ਔਰ ਸੋਫੀਆ ਦਲੀਪ ਸਿੰਘ ਨੇ, ਤੁਸੀਂ ਦੇਖੋ ਕਿ ਉਹ ਪਹਿਲੀ ਔਰਤ ਹੈ ਇੰਗਲੈਂਡ ਦੇ ਵਿੱਚ ਜਿਨ੍ਹਾਂ ਨੇ ਸਾਈਕਲ ਚਲਾਇਆ, ਨਹੀਂ ਤਾਂ ਔਰਤ ਕੋਈ ਜੀ ਸਾਈਕਲ ਨਹੀਂ ਸੀ ਚਲਾਉਂਦੀ ਹੁੰਦੀ। ਉਹ ਇੱਕ ਓਕੇ ਅੱਛੇ ਫੋਟੋਗ੍ਰਾਫਰ ਸੀਗੇ, ਉਹਨਾਂ ਨੂੰ ਫੈਸ਼ਨ ਦਾ ਬਹੁਤ ਸੀਗਾ, ਬਹੁਤ ਸ਼ਾਹੀ ਕਿਉਂਕਿ ਲਿਬਾਸ 'ਚ ਉਹ ਰਹਿੰਦੇ ਹੁੰਦੇ ਸੀ। ਆਪਾਂ ਇਹਨੂੰ ਕਹਿ ਸਕਦੇ ਹਾਂ ਵੀ ਉਹਨਾਂ 'ਚ ਸਫਿਸਟੀਕੇਸ਼ਨ ਬਹੁਤ ਸੀ, ਐਲੀਗੈਂਸ ਬਹੁਤ ਸੀ ਤੇ ਗ੍ਰੇਸ ਬਹੁਤ ਸੀਗੀ, ਹੈ ਨਾ। ਔਰ ਹੈਂਪਟਨ ਕੋਰਟ 'ਚ ਉਹ ਰਹਿੰਦੇ ਹੁੰਦੇ ਸੀਗੇ, ਫਿਰ ਉਹ ਨਰਸ ਵੀ ਸੀਗੇ। ਸੋ ਜਿਹੜੇ ਆਪਣੇ ਫਰਸਟ ਵਰਲਡ ਵਾਰ 'ਚ ਜਿਹੜੇ ਜ਼ਖਮੀ ਹੋਏ ਤੇ ਜਿਹੜੇ ਇੰਗਲੈਂਡ ਲਿਜਾਏ ਗਏ ਉਹਨਾਂ ਦੀ ਸੇਵਾ ਕਰਨ ਲਈ, ਉਹਨਾਂ ਵਿੱਚ ਇਹ ਬਤੌਰ ਐਜ਼ ਏ ਨਰਸ ਜਾ ਕੇ ਉਹਨਾਂ ਦੀ ਸੇਵਾ ਕਰਦੇ ਹੁੰਦੇ ਸੀਗੇ। ਸੋ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਤੁਸੀਂ ਇਮੇਜਿਨ ਕਰਕੇ ਦੇਖੋ ਕਿ ਜਦੋਂ ਸਾਡੀ ਰਾਣੀ ਮਹਾਰਾਣੀ ਉਹ ਸਾਡੇ ਫੌਜੀਆਂ ਦੀ ਸੇਵਾ ਕਰ ਰਹੀ ਆ, ਤੇ ਉਹਨਾਂ 'ਚ ਚੜ੍ਹਦੀ ਕਲਾ ਕਿਵੇਂ ਆਉਂਦੀ ਹੋਏਗੀ, ਤੁਸੀਂ ਇਹਨੂੰ ਸੋਚ ਕੇ ਦੇਖੋ ਆਪਣੇ ਮਨਾਂ ਵਿੱਚ। ਔਰ ਉਹਨਾਂ ਨੇ ਜੋ ਕਾਰਜ ਕੀਤਾ, ਹੁਣ ਮੇਰਾ ਖਿਆਲ ਮਾਰਚ 9 ਨੂੰ ਵਿਮੈਨ ਡੇ ਮਨਾਇਆ ਜਾਂਦਾ, ਇੰਟਰਨੈਸ਼ਨਲ ਵਿਮੈਨਸ ਡੇ। ਤੁਸੀਂ ਦੇਖੋਗੇ ਕਿ ਆਉਂਦੇ ਦਿਨਾਂ 'ਚ ਇਹਦੇ ਬਾਰੇ ਇੱਥੇ ਗੱਲ ਹੋਏਗੀ। ਸੋਫੀਆ ਦਲੀਪ ਸਿੰਘ ਦਾ ਇੰਗਲੈਂਡ 'ਚ ਤਾਂ ਬਹੁਤ ਪਤਾ ਲੋਕਾਂ ਨੂੰ, ਪਰ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਕੈਨੇਡਾ ਦੇ ਸਿੱਖ ਨੇ, ਨੌਨ ਸਿੱਖ ਨੇ ਜਿਹੜੇ, ਕਿਉਂਕਿ ਇੱਥੇ ਵੀ ਸਫਰਜੈਟ ਮੂਵਮੈਂਟ ਸੇਮ ਟਾਈਮ ਤੇ ਹੋਈ ਸੀਗੀ, ਉਹਨਾਂ ਨੂੰ ਵੀ ਪਤਾ ਲੱਗੇ ਕਿ ਸੋਫੀਆ ਦਲੀਪ ਸਿੰਘ ਦੀ ਅਹਿਮੀਅਤ ਕੀ ਹੈ। ਸੋ ਅਸੀਂ ਜੀ ਚਾਹੁੰਦੇ ਹਾਂ ਕਿ ਉਹ ਅਸੀਂ ਉਹਨਾਂ ਨੂੰ ਵੀ ਚੇਤਾ ਕਰਵਾਈਏ ਇਸ ਤਰ੍ਹਾਂ। ਪਰ ਇੱਕ ਮੈਂ ਸੋਚ ਰਿਹਾ ਸਾਂ ਕਿ ਤੁਸੀਂ ਆਪਣੀ ਪ੍ਰਦਰਸ਼ਨੀ ਦਾ ਨਾਮ ਲੰਡਨ ਟੂ ਲਾਹੌਰ ਰੱਖਿਆ ਆ, ਨਹੀਂ ਜੀ, ਇਹ ਆਪਾਂ ਉਲਟਾ ਜੀ, ਲਾਹੌਰ ਟੂ ਲੰਡਨ। ਮਤਲਬ ਲੰਡਨ ਟੂ ਲਾਹੌਰ ਕਿਉਂ ਨਹੀਂ ਆ? ਹਾਂ, ਲੰਡਨ ਟੂ ਲਾਹੌਰ ਕਿਉਂ ਇਸ ਲਈ ਨਹੀਂ ਹੈ ਕਿਉਂਕਿ ਇਹਨੂੰ ਮੈਂ ਹੁਣ ਥੋੜ੍ਹਾ ਧਿਆਨ ਨਾਲ ਕਹਾਂਗਾ, ਕਿਉਂਕਿ ਜਿੱਦਣ ਆਪਾਂ ਲਾਹੌਰ ਗਏ ਨਾ, ਫਿਰ ਜਿਹੜੀ ਜੀ ਆਪਾਂ ਪ੍ਰਦਰਸ਼ਨੀ ਕਰਾਂਗੇ, ਫਿਰ ਆਪਾਂ ਕਰਾਂਗੇ ਕੈਨੇਡਾ ਲੰਡਨ ਟੂ ਲਾਹੌਰ, ਜਦੋਂ ਵੀ ਵਾਹਿਗੁਰੂ ਦੀ ਮਿਹਰ ਨਾਲ ਉਹ ਸਮਾਂ ਆਇਆ। ਸੋ ਜੀ ਇਸ ਕਰਕੇ ਹਲੇ ਜਿਸ ਤਰ੍ਹਾਂ ਆਪਾਂ ਇਤਿਹਾਸ ਨੂੰ ਵਾਚ ਰਹੇ ਹਾਂ, ਉਹ ਇਹੀ ਹੈ ਕਿ ਲੰਡਨ ਟੂ ਲਾਹੌਰ ਇਹ ਜਰਨੀ ਆਫ ਚੜ੍ਹਦੀ ਕਲਾ। ਜੀ ਇਹ ਕਿਉਂਕਿ ਇੰਨੀ ਦੇਰ ਦੀ ਗੱਲ ਹੋ ਰਹੀ ਹੈ, ਥੋੜਾ ਜਿਹਾ ਮੈਂ ਇਹ ਜ਼ਰੂਰ ਆਪਣੇ ਦਰਸ਼ਕਾਂ ਦੇ ਸਹੂਲਤ ਦੇ ਹਿਸਾਬ ਨਾਲ ਮੈਂ ਕਹਿੰਦਾ ਵੀ ਦੱਸੋ ਜ਼ਰੂਰ ਕਿ ਇਹ ਪ੍ਰਦਰਸ਼ਨੀ ਜਿਹੜੀ ਹੈ ਇਹ ਕਿੱਥੇ ਲੱਗੀ ਹੋਈ ਆ ਤੇ ਇਸ ਦੇ ਵਿੱਚ ਜਿਹੜੇ ਹੁਣ ਤੱਕ ਦਰਸ਼ਕ ਪਹੁੰਚੇ ਨੇ ਉਹਨਾਂ ਦਾ ਰਿਸਪੌਂਸ ਕਿਹੋ ਜਿਹਾ ਸੀ? ਇਹ ਜਿਹੜੀ ਪ੍ਰਦਰਸ਼ਨੀ ਹੈ ਜੀ, ਜਿਹੜਾ ਸਾਡਾ ਸਰੀ ਸ਼ਹਿਰ ਆ ਉਸ ਮਿਊਜ਼ੀਅਮ 'ਚ ਲੱਗੀ ਹੋਈ ਆ, ਔਰ
ਸਾਨੂੰ ਉਹਨਾਂ ਨਾਲ ਤਕਰੀਬਨ 8 ਮਹੀਨੇ ਬੈਕ ਐਂਡ ਫੋਰਥ ਗੱਲ ਕਰਨੀ ਪਈ ਸ਼ਬਦਾਂ 'ਤੇ ਕਿ ਅਸੀਂ ਜਿਹੜੇ ਸ਼ਬਦ ਉਹਦੇ 'ਚ ਕਿਹੜੇ, ਕਿਉਂਕਿ ਉਹ ਉਹ ਸਿਟੀ ਦੀ ਥਾਂ ਆ, ਸਰਕਾਰੀ ਥਾਂ ਆ, ਅਤੇ ਉਹਦੇ ਵਿੱਚ ਉਹ ਕਾਫੀ ਉਹਨਾਂ ਨੇ ਕੇਅਰਫੁੱਲੀ ਸਾਡੇ ਤੋਂ ਪੁੱਛਿਆ ਕਿ ਕਿਸ ਚੀਜ਼ ਦਾ ਕੀ ਮਤਲਬ ਹੈ, ਸਾਨੂੰ ਸਮਝਾਓ। ਸੋ ਅਸੀਂ ਆਪਣੀ, ਕਿਉਂਕਿ ਮੈਂ ਇੰਟਲੈਕਚੁਅਲ ਤਾਂ ਹੈ ਨਹੀਂ ਗਾ ਜੀ, ਸੋ ਪਰ ਫਿਰ ਵੀ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਕਿ ਅਸੀਂ ਉਹਨਾਂ ਨੂੰ ਆਪਣੇ ਨਜ਼ਰੀਏ ਤੋਂ ਸਮਝਾਈਏ ਕਿ ਉਹ ਸਮਝ ਜਾਣ ਉਹ। ਸੋ ਸਿਟੀ ਮਿਊਜ਼ੀਅਮ ਦੇ ਵਿੱਚ ਆ, ਕਲੋਵਰਡੇਲ ਏਰੀਆ ਪੈਂਦਾ ਜੀ, ਉਹ ਤਾਂ ਮੈਂ ਵੈਸੇ ਐਡਰੈਸ ਦੱਸ ਦਿੰਦਾ ਕਿਉਂਕਿ ਜਦੋਂ ਤੁਹਾਡੀ ਪੋਡਕਾਸਟ ਇੱਥੇ ਵੀ ਆਏਗੀ ਉਹ ਵੀ ਸੁਣ ਸਕਣਗੇ, ਔਰ ਮੈਂ ਚਾਹਾਂਗਾ ਹਰ ਪਰਿਵਾਰ ਉਹਨੂੰ ਜਾ ਕੇ ਦੇਖੇ। ਸੋ ਉਹਦਾ ਐਡਰੈਸ ਹੈਗਾ ਜੀ 17710 56A Avenue ਸੜੀ। ਸੋ 176 ਸਟਰੀਟ ਤੇ 56 Avenue ਦੇ ਤਕਰੀਬਨ 2 ਬਲਾਕ ਨੇੜੇ ਹੈ ਜੀ ਉਹ। ਜੀ ਸੱਚ, ਇਸ ਪ੍ਰਦਰਸ਼ਨੀ ਦੇ ਵਿੱਚ ਸ਼ਮੂਲੀਅਤ ਕਰਨ ਲਈ ਕੋਈ ਐਡਵਾਂਸ ਦੇ ਵਿੱਚ ਬੁਕਿੰਗ ਕਰਨੀ ਪੈਂਦੀ ਹੈ ਜਾਂ ਕੋਈ ਐਂਟਰੀ ਪਾਸ ਲੈਣਾ ਪੈਂਦਾ? ਨਹੀਂ ਜੀ, ਇਹ ਫ੍ਰੀ ਐਡਮਿਸ਼ਨ ਹੈ। ਔਰ ਇੱਕ ਜਿਹੜੀ ਮੈਂ, ਤੁਸੀਂ ਮੈਨੂੰ ਸਵਾਲ ਪੁੱਛਿਆ ਸੀ ਵੀ ਉੱਥੇ ਲੋਕਾਂ ਦਾ ਕਿਸ ਤਰ੍ਹਾਂ ਦੇ ਕਾਮੈਂਟਸ ਨੇ, ਹੈ ਨਾ, ਜਾਂ ਰਿਸਪੋਂਸ, ਉਹ ਪਹਿਲਾਂ ਤਾਂ ਥੋੜ੍ਹਾ ਹੈਰਾਨ ਹੁੰਦੇ ਨੇ ਜੀ, ਕਿਉਂਕਿ ਕਈ ਸ਼ਬਦ ਜਿਹੜੇ ਉਹਨਾਂ ਨੇ ਸੁਣੇ ਨਹੀਂ ਹੋਏ, ਕਈ ਵਸਤਾਂ ਉਹਨਾਂ ਨੇ ਨਹੀਂ ਦੇਖੀਆਂ ਹੋਈਆਂ। ਜਿਸ ਤਰ੍ਹਾਂ ਇਹ ਸੋਫੀਆ ਦਲੀਪ ਸਿੰਘ ਦੀ ਜਿਹੜੀ ਸਕ੍ਰੈਪ ਬੁੱਕ ਆ, ਇਹ ਦੁਨੀਆਂ 'ਚ ਇੱਕੋ ਹੀ ਆ ਜੀ, ਕਿਉਂਕਿ ਇਹ ਉਹਨਾਂ ਦੀ ਆ। ਇਸੇ ਤਰ੍ਹਾਂ ਵਿਕਟਰ ਦਲੀਪ ਸਿੰਘ ਦਾ ਕੇਸ ਹੈ, ਉਹ ਦੁਨੀਆਂ 'ਚ ਇੱਕ ਹੀ ਆ, ਉਹਨਾਂ ਦਾ ਆ। ਇਸ ਤਰ੍ਹਾਂ ਕਾਫੀ ਚੀਜ਼ਾਂ ਨੇ ਜਿਹੜੀਆਂ ਆਪਾਂ ਕਹਿ ਸਕਦੇ ਵਨ ਆਫ ਏ ਕਾਇੰਡ ਨੇ, ਔਰ ਉਹਨੂੰ ਦੇਖ ਕੇ ਔਰ ਉਹ ਖੁਸ਼ ਹੋ ਰਹੇ ਨੇ ਦੇਖ ਕੇ, ਕਿਉਂਕਿ ਜਦੋਂ ਆਪਾਂ ਗੱਲ ਕਰਦੇ ਹਾਂ ਨਾ, ਅਸੀਂ ਆਪਣੀ, ਇਹਨੂੰ ਮੈਂ ਕਿਸ ਤਰ੍ਹਾਂ ਕਹਿ ਸਕਦਾ ਵੀ ਅਡੈਪਟੇਬਿਲਿਟੀ, ਸਟਰਗਲ, ਕਰਜ, ਐਂਡਿਊਰੈਂਸ, ਇਨਕਲੂਸਿਵਿਟੀ, ਜਦੋਂ ਸਰਬੱਤ ਦੇ ਭਲੇ ਦੀ ਅਸੀਂ ਗੱਲ ਕਰਦੇ ਹਾਂ, ਸੋ ਉਹ ਉਹਦੇ ਨਾਲ ਮੈਨੂੰ ਲੱਗ ਰਿਹਾ ਕਿ ਕਮਿਊਨਿਟੀਜ਼ ਨੇੜੇ ਆ ਰਹੀਆਂ ਨੇ ਇੱਕ ਦੂਜੇ ਦੇ, ਇਸ ਤਰ੍ਹਾਂ ਦਾ ਮੈਨੂੰ ਪ੍ਰਭਾਵ ਮਿਲਦਾ। ਔਰ ਬੱਚੇ ਵੀ ਬਹੁਤ ਖੁਸ਼ ਹੋ ਰਹੇ ਨੇ ਛੋਟੀਆਂ ਛੋਟੀਆਂ ਚੀਜ਼ਾਂ ਦੇਖ ਕੇ। ਸੋ ਬੜੀ ਆਸ ਹੈ ਜੀ ਕਿ ਆਪਸੀ ਜਿਹੜਾ ਸਾਡਾ ਭਾਈਚਾਰਾ ਹੈ, ਅਸੀਂ ਇੱਕ ਦੂਜੇ ਨੂੰ ਸਮਝਾਂਗੇ ਇਸ ਪ੍ਰਦਰਸ਼ਨੀ ਨਾਲ ਜੀ। ਤੁਸੀਂ ਕਮਿਊਨਿਟੀ ਦੀ ਗੱਲ ਕੀਤੀ ਤੇ ਇੱਕ ਬੜੀ ਇੰਟਰਸਟਿੰਗ ਚੀਜ਼ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ, ਕਿਉਂਕਿ ਜਦੋਂ ਅਸੀਂ ਸਿੱਖ ਰਾਜ ਦੀ ਗੱਲ ਕਰਦੇ ਹਾਂ, ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦੇ ਹਾਂ, ਖਾਲਸਾ ਦਰਬਾਰ ਦੀ ਗੱਲ ਕਰਦੇ ਹਾਂ, ਤੇ ਬਹੁਤ ਸਾਰੇ ਜਿਨ੍ਹਾਂ ਨੂੰ ਸਿੱਖ ਪ੍ਰਤੀਕਾਂ ਦੀ ਸਮਝ ਨਹੀਂ ਹੈ, ਜਿਸ ਤਰ੍ਹਾਂ ਤੁਸੀਂ ਕਿਹਾ ਵੀ ਚੜ੍ਹਦੀ ਕਲਾ, ਹਨਾ, ਤੇ ਉਹਨਾਂ ਨੂੰ ਇਹ ਲੱਗਦਾ ਕਿ ਬੜਾ ਇੱਕ ਸਿਲੈਕਟਿਵ ਤੇ ਬੜਾ ਇੱਕ ਸੀਮਤ ਜਿਹਾ ਦਾਇਰੇ ਦੇ ਵਿੱਚ ਚੀਜ਼ਾਂ ਦੀ ਇੱਕ ਕੱਟੜਤਾ ਹੋਏਗੀ ਜਾਂ ਉਹ ਇਸ ਤਰ੍ਹਾਂ ਦਾ ਵੀ ਇੱਕ ਨੈਰੇਟਿਵ ਆਪਾਂ ਸਾਰੇ ਜਾਣਦੇ ਹਾਂ ਹੁੰਦਾ ਆ। ਪਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕਿਸ ਤਰ੍ਹਾਂ ਦੀ ਵਿਸ਼ਾਲਤਾ ਸੀ ਤੇ ਕਿਸ ਤਰ੍ਹਾਂ ਦਾ ਆਦਰ ਸਤਿਕਾਰ ਸੀ, ਇਹ ਆਪਾਂ ਉਹਨਾਂ ਦੀ ਜੋ ਮਿਨਿਸਟਰੀ ਹੈ ਉਸ ਦੇ ਵਿੱਚ ਹਿੰਦੂ ਮੁਸਲਮਾਨ ਮਿਨਿਸਟਰਾਂ ਦਾ ਜ਼ਿਕਰ ਤੇ ਉਹਨਾਂ ਦੇ ਕੰਮ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਦਾ ਗੁਰਦੁਆਰੇ ਦੇ ਨਾਲ ਨਾਲ ਮੰਦਰਾਂ ਦੀ ਜਿਹੜੀ ਸਾਂਭ ਸੰਭਾਲ ਹੈ ਉਸ ਦੇ ਵਿੱਚ ਜਿਸ ਤਰ੍ਹਾਂ ਵਡੱਪਣ ਦੇ ਨਾਲ ਸ਼ਮੂਲੀਅਤ ਹੈ, ਉਸ ਤੋਂ ਵੀ ਅੰਦਾਜ਼ਾ ਲਾ ਸਕਦੇ ਹਾਂ। ਇਹਨਾਂ ਦਿਨਾਂ ਦੇ ਅੰਦਰ ਜਦੋਂ ਆਪਾਂ ਇਹ ਪੋਡਕਾਸਟ ਕਰ ਰਹੇ ਹਾਂ ਤੇ ਦਿੱਲੀ ਦੇ ਵਿੱਚ ਹਿਮਾਂਸ਼ੂ ਪ੍ਰਭਾ ਰੇ ਇਤਿਹਾਸਕਾਰ ਨੇ ਉਹਨਾਂ ਦੇ ਤਹੀਏ ਦੇ ਨਾਲ ਇੱਕ ਪ੍ਰਦਰਸ਼ਨੀ ਲੱਗੀ ਹੋਈ ਹੈ ਦਿੱਲੀ ਦੇ ਵਿੱਚ, ਜਿਸ ਦੇ ਵਿੱਚ ਉਹ ਮੇਰੇ ਲਈ ਵੀ ਨਵੀਂ ਗੱਲ ਸੀ ਕਿ ਜਦੋਂ 1830 ਦੇ ਨੇੜੇ ਤੇੜੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਅੰਦਰ ਫਰੈਂਚ ਜਿਹੜੇ ਸਨ ਜਰਨੈਲ ਵੈਂਚੁਰਾ ਹਾਂ, ਉਹਨਾਂ ਨੇ 1830 ਦੇ ਨੇੜੇ ਤੇੜੇ ਰਾਵਲਪਿੰਡੀ ਦੇ ਨੇੜਲਾ ਇਲਾਕਾ ਆ ਮਾਣੀਕਿਆਲਾ ਜਿਸ ਦੇ ਵਿੱਚ ਖੁਦਾਈ ਕੀਤੀ ਜੀ ਜੀ। ਖੁਦਾਈ ਤੋਂ ਬਾਅਦ ਉਹਨਾਂ ਨੂੰ ਉੱਥੇ ਜਿਹੜਾ ਕੁਸ਼ਾਣ ਰਾਜ ਹੋਇਆ ਆ ਉਸਦਾ ਪੂਰਾ ਇਲਾਕਾ ਮਿਲਿਆ ਜਿੱਥੇ ਉਹਨਾਂ ਨੂੰ ਸੋਨੇ ਦੇ ਸਿੱਕੇ ਮਿਲੇ, ਚਾਂਦੀ ਦੇ ਸਿੱਕੇ ਮਿਲੇ, ਤੇ ਉਹ ਜਿਹੜਾ ਮਾਣੀਕਿਆਲਾ ਹੈ ਉਹਦੇ ਬਾਰੇ ਮਸ਼ਹੂਰ ਸੀ ਕਿ ਉਹ ਥਾਂ ਹੈ ਜਿੱਥੇ ਸਿਕੰਦਰ ਦਾ ਘੋੜਾ ਜਦੋਂ ਮਰ ਗਿਆ ਸੀ ਉਹ ਦੱਬਿਆ ਗਿਆ ਸੀ ਜੀ ਜੀ ਜੀ। ਪਰ ਉਹਦੇ ਬਾਰੇ ਜੋ ਹਿਮਾਂਸ਼ੂ ਪ੍ਰਭਾ ਰੇ ਉਹਨਾਂ ਦਾ ਦਾਅਵਾ ਆ ਵੀ ਉਹ ਬਾਅਦ ਦੇ ਵਿੱਚ ਇਹ ਪਤਾ ਲੱਗਾ ਵੀ ਉਹ ਜਿਹਨੂੰ ਸਿਕੰਦਰ ਦਾ ਦੱਬਿਆ ਘੋੜਾ ਮੰਨਦੇ ਸੀ ਉਹ ਘੋੜਾ ਨਹੀਂ ਸੀ, ਉਹ ਭਗਵਾਨ ਬੁੱਧ ਜੋ ਦੂਜੀ ਸਦੀ ਦੇ ਉਹਨਾਂ ਦੇ ਜੋ ਸਿਮ੍ਰਿਤੀ ਚਿੰਨ੍ਹ ਸਨ। ਅੱਛਾ ਜੀ। ਉਹਨਾਂ ਦੀ ਖੋਜ ਮਹਾਰਾਜਾ ਰਣਜੀਤ ਸਿੰਘ ਹੋਣਾ ਨੇ ਜਨਰਲ ਵੈਂਚਰਾ ਦੇ ਉਸ ਤਹੀਏ ਦੇ ਨਾਲ ਕਰਵਾਈ ਤੇ ਉਹਨਾਂ ਨੇ ਉਹ ਬੁੱਧ ਹੀ ਕੇਂਦਰ ਲੱਭਿਆ
ਸੋ ਇਹ ਵੀ ਇੱਕ ਸਿੱਖ ਰਾਜ ਦੀ ਅਚੀਵਮੈਂਟ ਸੀ ਕਿ ਉਹਨਾਂ ਨੇ ਅਜਿਹੀਆਂ ਖੋਜਾਂ ਵੀ ਉਸ ਦੌਰ ਦੇ ਅੰਦਰ ਆਪਣੇ ਰਾਜ ਦੇ ਵਿੱਚ ਕਰਵਾਈਆਂ। ਜੀ ਜੀ ਤੁਸੀਂ ਦੇਖੋ ਕਿ ਜਿਹੜੀ ਆਪਣੀ ਪ੍ਰਦਰਸ਼ਨੀ ਹੈ ਨਾ, ਉਹਦੇ ਵਿੱਚ ਆਪਾਂ ਲਿਖਿਆ ਹੋਇਆ ਕਿ ਹਮ ਰਾਖਤ ਪਾਤਸ਼ਾਹੀ ਦਾ ਵਾ। ਜੀ ਸੋ ਜਦੋਂ ਉਹਨਾਂ ਨੇ ਪੁੱਛਿਆ ਕਿ ਇਹਦਾ ਕੀ ਮਤਲਬ ਹੁੰਦਾ, ਮੈਂ ਕਿਹਾ ਜੀ ਇਹਦਾ ਸਾਡੇ ਲਈ ਇਹ ਮਤਲਬ ਆ ਕਿ ਦੁਨੀਆ ਦੇ ਕੁੱਲ ਜਹਾਨ ਦੇ ਜਿਹੜੇ ਲੋਕ ਨੇ, ਕੁੱਲ ਜਹਾਨ, ਉਹਨਾਂ ਦੀ ਜਿਹੜੀ ਸਰੀਰਕ ਤੇ ਮਾਨਸਿਕ ਆਜ਼ਾਦੀ ਹੋਵੇ, ਇਹ ਪਾਤਸ਼ਾਹੀ ਦਾਵਾ ਹੈ। ਇਹ ਅਸੀਂ ਇਕੱਲਾ ਸਿੱਖਾਂ ਲਈ ਨਹੀਂ ਮੰਗ ਰਹੇ, ਅਸੀਂ ਜੀ ਸਾਰਿਆਂ ਲਈ ਮੰਗ ਰਹੇ ਹਾਂ। ਔਰ ਉਹਦੇ ਵਿੱਚ ਅਸੀਂ ਇੱਦਾਂ ਵੀ ਲਿਖਿਆ ਕਿ ਐਵਰੀ ਕੈਨੇਡੀਅਨ ਇਜ਼ ਅ ਡਿਵਾਈਨ ਸਿਟੀਜ਼ਨ, ਵੀ ਤੁਹਾਡਾ ਜਿਹੜਾ ਕਿਸੇ ਇਨਸਾਨ ਦੇ ਉੱਪਰ ਕਿਸੇ ਦੀ ਜ਼ੋਰ ਨਾ ਹੋਵੇ, ਕਿਸੇ ਦਾ ਵੀ, ਔਰ ਉਹ ਆਪਣੇ ਕਿਸੇ ਵੀ ਅਕੀਦੇ ਨੂੰ ਮੰਨਦਾ ਆ, ਉਹਦਾ ਪ੍ਰਭਾਵ ਸਿਰਫ ਉੱਥੋਂ ਆਉਣਾ ਚਾਹੀਦਾ। ਜੀ ਤੋ ਪਰ ਅਸੀਂ ਆਪਣੀ ਕਹਾਣੀ ਕਰ ਸਕਦੇ ਹਾਂ, ਸੁਣਾ ਸਕਦੇ ਹਾਂ। ਜਦੋਂ ਅਸੀਂ ਸਰਬੱਤ ਦਾ ਭਲਾ ਕਹਿੰਦੇ ਹਾਂ, ਔਰ ਉਹਦੇ ਵਿੱਚ ਹੁਣ ਜੇ ਕਿਸੇ ਨੂੰ ਕੱਟੜਤਾ ਵੇਖਦੀ ਹੈ, ਉਹ ਫਿਰ ਸਾਡੀ ਸਮਝ ਤੋਂ ਬਾਹਰ ਹੋ ਜਾਂਦੀ ਥੋੜ੍ਹੀ ਗੱਲ। ਜਿਸ ਜੀ ਤਰ੍ਹਾਂ ਗੁਰਦੁਆਰਾ ਸਾਹਿਬ 'ਚ ਲੰਗਰ ਲੱਗਦੇ ਨੇ, ਮੈਨਿਊ ਸਾਡਾ ਹੋਏਗਾ, ਅਸੀਂ ਉੱਥੇ ਬਣਾਉਣਾ ਕੀ ਆ, ਉਹ ਅਸੀਂ ਬਣਾਵਾਂਗੇ, ਪਰ ਖਾਣ ਲਈ ਕੋਈ ਵੀ ਆ ਸਕਦਾ ਉੱਥੇ। ਬਿਲਕੁਲ ਇਹਦੇ ਵਿੱਚ ਕਿਸੇ ਨੂੰ ਕੱਟੜਤਾ ਦਿਖੇ, ਉਹ ਸਮਝ ਤੋਂ ਬਾਹਰ ਹੈ ਜੀ ਗੱਲ। ਪਰ ਜਿਹੜੀ ਇਤਿਹਾਸ ਦੀ ਗੱਲ ਆਪਾਂ ਕਰ ਰਹੇ ਹਾਂ ਕਿ ਤੁਸੀਂ ਆਪਾਂ ਅਕਸਰ ਇਹ ਸ਼ਾਇਦ ਗੱਲ ਕਰਦੇ ਹਾਂ ਕਿ ਜਦੋਂ ਤੁਸੀਂ ਬੀਤੇ ਨੂੰ ਪਿਸਤੌਲ ਨਾਲ ਗੋਲੀ ਚਲਾਓਗੇ ਇਤਿਹਾਸ ਨੂੰ, ਤੇ ਉਹ ਤੁਹਾਨੂੰ ਤੋਪ ਨਾ ਫੁੰਡੇਗਾ। ਸੋ ਇਤਿਹਾਸ ਤੁਸੀਂ ਉਹਨੂੰ ਆਪਣੇ ਹਿਸਾਬ ਨਾਲ ਉਹਨੂੰ ਰੀਕ੍ਰੀਏਟ ਨਹੀਂ ਕਰ ਸਕਦੇ ਜਾਂ ਉਹਨੂੰ ਰੀਡਿਫਾਈਨ ਨਹੀਂ ਕਰ ਸਕਦੇ। ਜੇ ਤੁਸੀਂ ਕਰਨ ਦੀ ਕੋਸ਼ਿਸ਼ ਕਰੋਗੇ, ਤੁਸੀਂ ਕੁਛ ਨਾ ਕੁਛ ਗਲਤੀ ਕਰੋਗੇ, ਕਿਸੇ ਨਾ ਵਧੀਕੀ ਕਰੋਗੇ। ਜੀ ਸੋ ਪੰਜਾਬ ਦੇ ਉੱਪਰ ਸਿੱਖ ਰਾਜ ਹੋਇਆ ਇੱਕ ਸਮੇਂ, ਔਰ ਉਹ ਸਰਕਾਰੇ ਖਾਲਸਾ ਸੀ। ਕਈ ਦਫ਼ਾ ਮੈਂ ਦੇਖਦਾ ਕਿ ਜਿਹੜੇ ਆਪਣੇ ਇਤਿਹਾਸਕਾਰ ਨੇ, ਉਹ ਇਹਨੂੰ ਇੱਕ ਪੰਜਾਬੀ ਰਾਜ ਦੀ ਤਰ੍ਹਾਂ ਉਹਦੀ ਕਲਾਸੀਫਿਕੇਸ਼ਨ ਕਰਨਾ ਚਾਹੁੰਦੇ ਨੇ, ਜੀ ਪਰ ਜਿਨ੍ਹਾਂ ਨਾਲ ਜੰਗਾਂ ਹੋਈਆਂ ਨੇ ਬ੍ਰਿਟਿਸ਼ ਨਾਲ, ਉਹ ਇਹਨੂੰ ਐਂਗਲੋ ਸਿੱਖ ਵਾਰਸ ਕਹਿੰਦੇ ਨੇ। ਨਹੀਂ ਤਾਂ ਜੀ ਵੀ ਲਿਖ ਸਕਦੇ ਸੀ ਨਾ ਕਿ ਐਂਗਲੋ ਪੰਜਾਬੀ ਵਾਰ ਸੀਗੀਆਂ ਇਹ। ਸੋ ਇਤਿਹਾਸ 'ਚ ਜੋ ਵੀ ਚੰਗੀਆਂ ਅਤੇ ਮਾੜੀਆਂ ਗੱਲਾਂ ਹੋਈਆਂ ਹਨ ਕਿਸੇ ਵੱਲੋਂ ਵੀ, ਉਹ ਬਿਲਕੁਲ ਆਪਾਂ ਨੂੰ ਵਾਚਣੀਆਂ ਪੈਣੀਆਂ ਨੇ, ਉਹਨਾਂ ਤੋਂ ਸਿੱਖਣਾ ਪੈਣਾ। ਕਿਉਂਕਿ ਜੇ ਉਹਨੂੰ ਆਪਾਂ ਆਪਣੇ ਹਿਸਾਬ ਨਾਲ ਮੋਲਡ ਕਰਨ ਦੀ ਕੋਸ਼ਿਸ਼ ਕੀਤੀ, ਆਪਣੇ ਬੱਚੇ ਵੀ ਉਹੀ ਗਲਤੀਆਂ ਕਰਨਗੇ ਜਿਹੜੀਆਂ ਕਿ ਉਸ ਕੌਮ ਕੋਲੋਂ ਹੋਈਆਂ ਹੋਣਗੀਆਂ, ਜਿਹੜੀ ਵੀ ਕੌਮ ਦਾ ਬਿਲਕੁਲ ਇਤਿਹਾਸ ਹੈ। ਸੋ ਜੇ ਕੁਛ ਆਪਣੇ ਕੋਲੋਂ ਚੰਗੀਆਂ ਹੋਈਆਂ ਹੋਣਗੀਆਂ, ਤਾਂ ਬੱਚੇ ਵੀ ਉਹਨੂੰ ਉਹਦੀ ਐਕੋ ਕਰਨਗੇ, ਉਹਦੀ ਰੈਜ਼ੋਨੈਂਸ ਹੋਏਗੀ ਉਹੀ। ਇਸੇ ਤਰ੍ਹਾਂ ਜੇ ਕੁਛ ਗਲਤੀਆਂ ਆਪਣੇ ਕੋਲ ਹੋਈਆਂ ਹੋਣਗੀਆਂ, ਆਪਣਾ ਇਹ ਲਾਜ਼ਮੀ ਬਣਦਾ ਜੀ ਆਪਾਂ ਉਹਨਾਂ ਤੋਂ ਸਿੱਖੀਏ ਉਹਨਾਂ ਤੋਂ। ਪਰ ਇਹ ਸਾਰੇ ਦੇ ਵਿੱਚ ਅਸੀਂ ਆਪਣੀ ਥੋਟ ਨੂੰ ਡਿਲੀਟ ਨਹੀਂ ਕਰਨਾ ਹੈਗਾ। ਇਹਨੂੰ ਮੈਂ ਇਸ ਤਰ੍ਹਾਂ ਕਹਿੰਦਾ ਹੁੰਦਾ ਕਿ ਜਿਹੜੇ ਜੇ ਕੋਈ ਸ਼ਖਸ ਕਨਫਿਊਜ਼ ਹੋਵੇ, ਉਹ ਹਮੇਸ਼ਾ ਗੈਰਾਂ ਦੀਆਂ ਸ਼ਕਲਾਂ ਵਿੱਚੋਂ ਆਪਣੇ ਨਕਸ਼ ਪਛਾਣਦੇ ਰਹਿੰਦੇ ਨੇ। ਤੋ ਇਹਦੇ ਲਈ ਬਹੁਤ ਜ਼ਰੂਰੀ ਹੈ ਕਿ ਜਦੋਂ ਅਸੀਂ ਜੇ ਆਪਾਂ ਗੱਲ ਕਰਦੇ ਹਾਂ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਫਿਰ ਸਾਡੀ ਥੋਟ ਛੋਟੀ ਕਿਵੇਂ ਹੋ ਗਈ? ਜਾਂ ਇਹਨੂੰ ਕੋਈ ਕਿੱਦਾਂ ਕਹਿ ਸਕਦਾ ਕਿ ਥੋਟ ਛੋਟੀ ਹੈ, ਜਾਂ ਤੋਹੀ ਤੋਹੀ ਮੋਹੀ ਤੋਹੀ ਅੰਤਰ ਕੈਸਾ? ਅਸੀਂ ਤਾਂ ਸਾਰਾ ਬ੍ਰਹਿਮੰਡ ਸਮੋਈ ਬੈਠੇ ਹਾਂ। ਬਿਲਕੁਲ ਛੋਟੀ ਉਹ ਕਹਿੰਦੇ ਨੇ, ਔਰ ਸਾਡੇ ਵੀ ਇੱਥੇ ਕਈ ਦਫ਼ਾ ਗੱਲ ਚੱਲਦੀ ਆ, ਜਦੋਂ ਤੁਸੀਂ ਕਿਸੇ ਵੀ ਧਰਮ ਨੂੰ, ਚਾਹੇ ਉਹ ਹਿੰਦੂ ਧਰਮ ਹੈ, ਮੁਸਲਿਮ ਸਿੱਖ ਧਰਮ ਹੈ, ਜਦੋਂ ਇਹਨੂੰ ਤੁਸੀਂ ਵੈਸਟਰਨ ਲੈਂਸ ਨਾਲ ਦੇਖੋਗੇ, ਤੁਸੀਂ ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਸੀਂ ਕਿੱਥੇ ਜਾ ਕੇ ਖੜ ਗਏ ਹੋ ਇਸ ਟਾਈਮ, ਹੈ ਨਾ? ਔਰ ਜਦੋਂ ਤੁਹਾਨੂੰ ਅਗੇਨ, ਸ਼ਾਇਦ ਆਪਣਾ ਜੋ ਵਿਸ਼ਾ ਤਾਂ ਹੈ ਨਹੀਂ, ਪਰ ਜਦੋਂ ਤੁਹਾਨੂੰ ਆਪਣੀ ਬੋਲੀ ਬੋਲਣ ਲੱਗੇ, ਕੋਈ ਸ਼ਬਦ ਕਹਿਣ ਲੱਗੇ, ਤੁਹਾਨੂੰ ਸੰਗ ਆਉਣ ਲੱਗ ਪਵੇ, ਇਹਦਾ ਮਤਲਬ ਤੁਸੀਂ ਕਿਸੇ ਹੋਰ ਦੇ ਝੰਡੇ ਦੇ ਥੱਲੇ ਜਾ ਕੇ ਖੜ ਚੁੱਕੇ ਹੋ। ਔਰ ਤੁਹਾਨੂੰ ਜਦੋਂ ਆਪਾਂ ਕਹਿੰਦੇ ਰਹਾਓ, ਤੁਹਾਨੂੰ ਪੌਜ਼ ਤੇ ਆਪਣਾ ਰਿਫਲੈਕਟ ਕਰਨਾ ਹੀ ਪੈਣਾ ਵੀ ਅਸੀਂ ਇਹ ਕਰਦੇ ਹਾਂ ਤਾਂ ਕਿਉਂ ਕਰ ਰਹੇ ਹਾਂ, ਜੇ ਸਾਨੂੰ ਸ਼ਰਮ ਆ ਰਹੀ ਆ, ਸੰਗ ਆ ਰਹੀ ਆ, ਇਹ ਕਿਉਂ ਆ ਰਹੀ ਆ ਸਾਨੂੰ? ਤੇ ਪਰ ਗੱਲਾਂ ਕਿਉਂਕਿ ਇਸ ਦੇ ਵਿੱਚ ਬਹੁਤ ਸਾਰੀਆਂ ਨੇ, ਤੇ ਮੈਂ ਤੇ ਇਹ ਚਾਹਾਂਗਾ ਕਿ ਇਸ ਪ੍ਰਦਰਸ਼ਨੀ ਦੇ ਵਿੱਚ ਜਦੋਂ ਕੋਈ ਜਾਂਦਾ ਆ
ਤੇ ਉਹ ਉਹਨਾਂ ਸ਼ਬਦਾਂ ਦੇ ਨਾਲ ਜੋੜ ਮਹਿਸੂਸ ਕਰਦਾ ਆ, ਉਸ ਇਤਿਹਾਸ ਦੇ ਨਾਲ ਰਾਬਤਾ ਕਾਇਮ ਕਰਦਾ ਆ, ਤੇ ਉਸ ਕਨੈਕਟੀਵਿਟੀ ਦੇ ਵਿੱਚੋਂ ਹੀ ਇਤਿਹਾਸ ਅੱਜ ਇਤਿਹਾਸ ਦੇ ਵਿੱਚ ਜਾ ਕੇ ਉਸ ਕਨੈਕਟੀਵਿਟੀ ਦੇ ਵਿੱਚੋਂ ਜਾ ਕੇ ਹੀ ਉਹ ਆਪਣੇ ਭਵਿੱਖ ਦੀ ਵਿੱਚ ਆਪਣੀ ਹੋਂਦ ਦੀ ਮਜ਼ਬੂਤੀ ਨੂੰ ਦਾਅਵੇ ਨੂੰ ਪੇਸ਼ ਕਰ ਸਕੇਗਾ। ਤੇ ਤਹੱਈਆ ਬਹੁਤ ਸ਼ਾਨਦਾਰ ਆ, ਪਰ ਇਸ ਦੇ ਵਿੱਚ ਮੈਂ ਇਹ ਵੀ ਦੇਖ ਰਿਹਾ ਕਿ ਹੁਣ ਤੋਂ ਸ਼ੁਰੂ ਹੋ ਕੇ ਮਈ ਤੱਕ ਜਾ ਰਹੀ ਹੈ ਤੁਹਾਡੀ ਪ੍ਰਦਰਸ਼ਨੀ। ਇੱਕ ਤਾਂ ਇਹ ਦੱਸੋ ਵੀ ਇੰਨਾ ਲੰਮੀ ਪ੍ਰਦਰਸ਼ਨੀ ਦਾ ਕੀ ਸਬੱਬ ਬਣਿਆ ਸੀ ਤੇ ਇਹ ਕਿੰਨੀ ਤਰੀਕ ਤੱਕ ਦਰਸ਼ਕ ਵੇਖ ਸਕਣਗੇ? ਹਾਂਜੀ, ਇਹ ਨਾ ਮਈ 19 ਤੱਕ ਚੱਲਣੀ ਹੈ ਜੀ, ਔਰ ਸਾਡੇ ਵੱਲੋਂ ਕੋਸ਼ਿਸ਼ ਰਹੀ ਸੀ ਕਿ ਥੋੜ੍ਹੀ ਜਿਹੀ ਲੰਬੀ ਹੋਵੇ, ਕਿਉਂਕਿ ਰੁਝੇਵਿਆਂ ਕਰਕੇ ਨਾ ਜੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੰਮ ਕਰਦੇ ਨੇ। ਪ੍ਰਦਰਸ਼ਨੀ ਖੁੱਲਦੀ ਹੈ ਜੀ ਸਵੇਰੇ 9:30 ਤੋਂ 5:30 ਤੱਕ, ਸੋ ਕਈ ਦਫ਼ਾ ਉਸ ਸਮੇਂ ਆਪਣੇ ਜਿਹੜੇ ਸਾਡੇ ਕੈਨੇਡੀਅਨ ਨੇ ਸਾਰੇ ਕਲੈਕਟਿਵਲੀ ਉਹਨਾਂ ਤੋਂ ਜਾ ਨਹੀਂ ਹੁੰਦਾ ਕਈ ਦਫ਼ਾ। ਸੋ ਜਦੋਂ ਆਪਾਂ ਵੀਕਐਂਡ ਗਿਣਦੇ ਹਾਂ ਨਾ, ਸੈਟਰਡੇ ਅਤੇ ਸੰਡੇ, ਸੋਮਵਾਰ ਨੂੰ ਇਹ ਬੰਦ ਹੁੰਦੀ ਹੈ, ਫਿਰ ਉਹ ਥੋੜ੍ਹੇ ਦਿਨ ਬਣ ਜਾਂਦੇ ਨੇ। ਬੇਸ਼ੱਕ ਦੇਖਣ ਨੂੰ 3 ਮਹੀਨੇ ਲੱਗਦੇ ਨੇ, ਪਰ ਫਿਰ ਉਹ ਦਿਨ ਥੋੜ੍ਹੇ ਘੱਟ ਜਾਂਦੇ ਨੇ। ਪਰ ਸਕੂਲਸ ਵੱਲੋਂ ਕਾਫੀ ਟੂਰ ਜਾ ਰਹੇ ਨੇ, ਚਾਹੇ ਉਹ ਆਪਣੇ ਖਾਲਸਾ ਸਕੂਲ ਨੇ, ਚਾਹੇ ਪਬਲਿਕ ਨੇ ਜਾਂ ਪ੍ਰਾਈਵੇਟ ਨੇ, ਉਹਨਾਂ ਵੱਲੋਂ। ਔਰ ਇੱਕ ਆਪਣੇ 50 ਕੁ ਬੀਬੀਆਂ ਨੇ ਇਕੱਠੇ ਹੋ ਕੇ, ਭੈਣਾਂ ਨੇ, ਉਹਨਾਂ ਨੇ ਮੇਰਾ ਖਿਆਲ 9 March ਨੂੰ ਵੁਮੈਨਸ ਡੇ 'ਤੇ ਉੱਥੇ ਜਾਣਾ ਜੀ। ਉਹਦੇ ਬਾਰੇ ਮੈਂ ਤੁਹਾਨੂੰ ਦੱਸਾਂਗਾ ਜਦੋਂ, ਜਾਂ ਮੈਂ ਤੁਹਾਨੂੰ ਵੀਡੀਓ ਬਣਾ ਕੇ ਭੇਜਾਂਗਾ ਉਹਦੀ। ਸੋ ਸਾਡੇ ਵੱਲੋਂ ਇਹ ਕੋਸ਼ਿਸ਼ ਸੀਗੀ ਵੀ ਜੇ ਸਮਾਂ ਥੋੜ੍ਹਾ ਲੰਬਾ ਹੋ ਜਾਵੇ, ਲੋਕਾਂ ਕੋਲ ਵਿਹਲ ਹੋਵੇ ਜਾਣ ਦਾ, ਉਹਦੀ ਵਜ੍ਹਾ ਸੀਗੀ ਜੀ। ਜੀ, ਸੋ ਪੰਡਾਲ ਸਾਹਿਬ, ਤੁਹਾਡੀ ਇਹ ਪ੍ਰਦਰਸ਼ਨੀ ਦੇ ਲਈ ਜੋ ਤੁਸੀਂ ਉੱਦਮ ਕੀਤਾ ਉਸਦੇ ਲਈ ਤੁਸੀਂ ਵਧਾਈ ਦੇ ਪਾਤਰ ਹੋ, ਤੇ ਜਿਸ ਤਰ੍ਹਾਂ ਦਾ ਤੁਸੀਂ ਰਿਸਪੋਂਸ ਦੱਸ ਰਹੇ ਹੋ ਉਸਦੇ ਲਈ ਸਾਡੇ ਦਰਸ਼ਕ ਜਿੰਨੇ ਵੀ ਕੈਨੇਡਾ ਦੇ ਵਿੱਚ ਬੈਠੇ ਇਸ ਪ੍ਰਦਰਸ਼ਨੀ ਦੇ ਵਿੱਚ ਸ਼ਮੂਲੀਅਤ ਕਰ ਰਹੇ ਆ, ਉਹ ਵਧਾਈ ਦੇ ਪਾਤਰ ਨੇ। ਤੇ ਮੈਨੂੰ ਲੱਗਦਾ ਕਿ ਸੰਵਾਦ ਦਾ ਇੱਕ ਜ਼ਰੀਆ, ਇੱਕ ਬਹਾਨਾ ਇੰਜ ਵੀ ਹੁੰਦਾ ਆ ਜੋ ਤੁਸੀਂ ਉਲੀਕਿਆ, ਤੇ ਜੋ ਨਹੀਂ ਹੁਣ ਤੱਕ ਜਾ ਸਕੇ ਉੱਥੇ ਜ਼ਰੂਰ ਪਹੁੰਚਣ, ਇਸ ਪ੍ਰਦਰਸ਼ਨੀ ਨੂੰ ਦੇਖਣ ਅਤੇ ਇਸ ਦੇ ਬਾਰੇ ਘਰ ਆ ਕੇ ਗੱਲ ਕਰਨ, ਆਪਣੇ ਆਲੇ ਦੁਆਲੇ ਸਰਕਲ ਦੇ ਵਿੱਚ ਗੱਲ ਕਰਨ। ਤੇ ਮੈਨੂੰ ਲੱਗਦਾ ਕਿ ਬਹੁਤ ਬਿਹਤਰ ਉਪਰਾਲਾ ਆ, ਤੇ ਇਸ ਦੇ ਬਾਰੇ ਅੱਜ ਆਪਾਂ ਗੱਲ ਕੀਤੀ, ਤੁਸੀਂ ਮੇਰੇ ਇਸ ਪ੍ਰੋਗਰਾਮ 'ਚ ਸ਼ਾਮਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਕੋਈ ਅਜਿਹੀ ਗੱਲ ਤੇ ਨਹੀਂ ਜਿਹੜੀ ਮੈਂ ਤੁਹਾਡੇ ਨਾਲ ਕਰਨੀ ਭੁੱਲ ਗਿਆ ਹੋਵਾਂ, ਪਰ ਤੁਹਾਨੂੰ ਲੱਗੇ ਕਿ ਕਰਨੀ ਜ਼ਰੂਰੀ ਸੀ? ਹਾਂਜੀ, ਆਪਾਂ ਤੁਸੀਂ ਸਾਰੀਆਂ ਜ਼ਰੂਰੀ ਗੱਲਾਂ ਕੀਤੀਆਂ ਨੇ ਜੀ, ਪਰ ਤੁਹਾਡੀ ਗੱਲ ਸਹੀ ਹੈ ਵੀ ਵਿਚਾਰ ਚਰਚਾ ਹੋਣੀ ਜ਼ਰੂਰੀ ਹੈ। ਔਰ ਸਾਡੇ ਇੱਕ ਮਿੱਤਰ ਨੇ ਉਹ ਕਿਹਾ ਕਰਦੇ ਨੇ ਕਿ ਜਿਹੜੀਆਂ ਕੌਮਾਂ ਆਪਣਾ ਸੱਭਿਆਚਾਰ ਤੇ ਵਿਰਸਾ ਸੰਭਾਲਦੀਆਂ ਨੇ, ਆਪਣੇ ਮਸਤਕ ਦਾ ਭਾਗ ਬਣਾਉਂਦੀਆਂ ਨੇ ਔਰ ਆਉਣ ਵਾਲੀ ਪੀੜ੍ਹੀ ਦੇ ਸਨਮੁਖ ਕਰਦੀਆਂ ਨੇ, ਉਹ ਆਪਣਾ ਸਰੂਪ ਵੀ ਬਚਾ ਲੈਂਦੀਆਂ ਨੇ ਤੇ ਸਿਧਾਂਤ ਵੀ ਬਚਾ ਲੈਂਦੀਆਂ ਨੇ, ਪਰ ਜਿਹੜੇ ਇਹ ਸੱਭਿਆਚਾਰ ਤੇ ਵਿਰਸੇ ਵੱਲੋਂ ਪਿੱਠ ਮੋੜਦੀਆਂ ਨੇ ਉਹ ਸਰੂਪ ਤੇ ਸਿਧਾਂਤ ਦੋਨੇ ਗਵਾਉਂਦੀਆਂ ਨੇ। ਸੋ ਸਾਡੇ ਵੱਲੋਂ ਨਾ ਇਹ ਬਹੁਤ ਇੱਕ ਛੋਟੀ ਜਿਹੀ ਕੋਸ਼ਿਸ਼ ਹੈ, ਔਰ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਵੇਖ ਕੇ ਇਹ ਕੋਸ਼ਿਸ਼ਾਂ ਪਹਿਲਾਂ ਹੋ ਰਹੀਆਂ ਨੇ ਇਹ, ਪਰ ਅਸੀਂ ਚਾਹੁੰਦੇ ਹਾਂ ਵੀ ਕਿ ਇਹ ਹੋਰ ਵੀ ਹੋਣ, ਹੋਰ ਜਗ੍ਹਾ ਤੇ, ਕੈਨੇਡਾ ਦੇ ਵੱਖ ਵੱਖ ਹਿੱਸਿਆਂ 'ਚ ਔਰ ਵੱਖ ਵੱਖ ਜਿਹਨਾਂ ਕੋਲ ਜਿਹੜੀਆਂ ਕਲੈਕਸ਼ਨ ਹੈਗੀਆਂ ਉਹ ਮੋਹਰੇ ਆਉਣ, ਔਰ ਉਹ 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 ਇੱਕ ਇੱਕ ਜਿਹੜੀ ਨਾ ਜਿਹੜੀ ਸਿੱਖ ਕੈਨੇਡੀਅਨ ਆਈਡੈਂਟੀ ਆ ਉਹਦੇ ਬਾਰੇ ਵੀ ਅਸੀਂ ਕੈਨੇਡਾ ਨੂੰ ਦੱਸੀਏ ਕਿ ਜਿਵੇਂ ਕਿ ਆਮ ਆਪਾਂ ਇੱਕ ਦੂਜੇ ਨੂੰ ਮਿਹਣਾ ਹੀ ਕਹਿ ਲਓ, ਉਹ ਮਾਰ ਲੈਂਦੇ ਹਾਂ ਵੀ ਕੁਛ ਬਚਿਆ ਨਹੀਂ ਹੈਗਾ, ਸਭ ਕੁਛ ਚਲਾ ਗਿਆ, ਰੈਫਰੈਂਸ ਲਾਇਬ੍ਰੇਰੀ ਚਲੀ ਗਈ, ਜਾਂ ਵੈਸੇ ਅਸੀਂ ਸਾਂਭੇ ਹਾਂ ਨਹੀਂ, ਜਾਂ ਬ੍ਰਿਟਿਸ਼ ਨੇ ਸਾਡੇ ਕਾਇਦੇ ਅਤੇ ਸਾਡੇ ਸ਼ਸਤਰ ਉਦੋਂ ਲੈ ਲਏ, ਜਾਲ ਦਿੱਤੇ, ਸਾੜ ਦਿੱਤੇ। ਸੋ ਇਹ ਇੱਕ ਛੋਟਾ ਜਿਹਾ ਉਪਰਾਲਾ ਆ ਕਿ ਉਹ ਚਾਹੇ ਪਹਿਲੇ ਮਾਫ਼ੀ ਮੰਗ ਲਵਾਂ ਕਿ ਜਦੋਂ ਬੋਤਾ ਸਿੰਘ ਗਰਦਾ ਸਿੰਘ ਨੇ ਕਿਹਾ ਵੀ ਹਲੇ ਸਿੱਖ ਜੀਉਂਦੇ ਨੇ, ਸੋ ਹਲੇ ਅਸੀਂ ਸਾਂਭ ਰਹੇ ਹਾਂ ਜੀ ਹਲੇ। ਬਿਲਕੁਲ ਬਿਲਕੁਲ, ਨਹੀਂ ਇਹ ਮੈਂ ਵੀ ਇਸ ਨੋਟ ਦੇ ਉੱਤੇ ਗੱਲ ਛੱਡਾਂਗਾ ਕਿ ਇਸ ਤਹੀਏ ਨੂੰ ਤੇ ਐਂ ਵੀ ਮਹਿਸੂਸ ਕਰਨਾ ਚਾਹੀਦਾ ਕਿ ਜਦੋਂ ਪੰਜਾਬ ਤੋਂ ਸਭ ਤੋਂ ਪਹਿਲਾਂ ਕੈਨੇਡਾ ਦੀ ਧਰਤੀ ਤੇ ਪੈਰ ਪਾਇਆ ਤੇ ਇੱਕ ਵੱਡੀ ਟਿੰਬਰ ਇੰਡਸਟਰੀ ਵੀ ਖੜੀ ਕੀਤੀ, ਤੇ ਅਸੀਂ ਸਭ ਤੋਂ ਪਹਿਲਾਂ ਕਿ ਆਪਣੇ ਗੁਰੂ ਨੂੰ ਸਮਰਪਿਤ ਗੁਰਦੁਆਰੇ ਬਣਾਏ,
ਜੀ ਉਹ ਗੁਰਦੁਆਰੇ ਫਿਰ ਸੰਗਤ ਪੰਗਤ ਦੇ ਨਾਲ, ਉਸ ਲੰਗਰ ਦੇ ਨਾਲ, ਉਸ ਨਿਸ਼ਾਨ ਸਾਹਿਬ ਦੇ ਹੇਠਾਂ ਤੇ ਉਹਨਾਂ ਲਈ ਆਸਰਾ ਬਣੇ ਜਿਹੜੇ ਪਹਿਲੀ ਵਾਰ ਇਸ ਧਰਤੀ ਤੇ ਆ ਕੇ ਕਹਿੰਦੇ ਸੀ ਕਿ ਅਸੀਂ ਤਾਂ ਪਿੱਛੇ ਘਰ ਛੱਡ ਆਏ ਹਾਂ, ਅੱਗੇ ਸਾਡਾ ਠਿਕਾਣਾ ਹੈ ਕਿ ਨਹੀਂ ਹੈ। ਜੀ 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 ਤੇ ਨਿਸ਼ਾਨ ਸਾਹਿਬ ਵੇਖ ਕੇ ਉਹਨਾਂ ਨੂੰ ਲੱਗਦਾ ਸੀ ਕਿ ਸਾਡਾ ਇੱਥੇ ਤਾਂ ਪਹਿਲਾਂ ਹੀ ਘਰ ਬਣਿਆ ਹੋਇਆ ਆ। ਬਿਲਕੁਲ ਬਿਲਕੁਲ। ਜੀ ਔਰ ਇਹ ਇਹ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਅਸਲ ਆ। ਜੀ 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 ਔਰ ਅਸੀਂ ਕਈ ਦਫ਼ਾ ਗੱਲ ਕਰਦੇ ਹੁੰਦੇ ਹਾਂ ਕਿ ਜਿੱਦਾਂ ਆਪਾਂ ਕਹਿ ਦੇਈਦਾ ਕਿ ਪੰਜਾਬੀ ਪੰਜ ਪਾਣੀਆਂ ਵਾਲਾ ਹੈ, ਜੀ ਅਤੇ ਫਿਰ ਅਸੀਂ ਇਹ ਵੀ ਗੱਲ ਕਰਦੇ ਹਾਂ ਕਿ ਜਿਹੜਾ ਸਿੱਖ ਹੈ ਉਹ ਪਾਤਾਲਾਂ ਪਾਤਾਲ ਲੱਖ ਅਗਾਸਾਂ ਅਗਾਸ ਵਾਲਾ ਹੈ ਗਾਸ ਵਾਲਾ ਹੈ ਨਾ। ਸੋ ਜੇ ਅਸੀਂ ਸਾਡਾ ਘੇਰਾ ਇੰਨਾ ਵਿਸ਼ਾਲ ਹੈ ਫਿਰ ਚੜ੍ਹਦੀ ਕਲਾ 'ਚ ਰਹਿਣਾ ਉਹ ਲਾਜ਼ਮੀ ਬਣ ਜਾਂਦਾ ਹੈ ਜੀ। ਜੀ। ਸੋ ਬਹੁਤ ਬਹੁਤ ਸ਼ੁਕਰੀਆ ਭੰਡਾਰ ਸਾਹਿਬ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਕਾ ਭਲਾ ਜੀ, ਅਤੇ ਇਹਦੇ ਨਾਲ ਨਾਲ ਹਮਰਾਖਤ ਪਾਤਸ਼ਾਹੀ ਦਾ ਵਾ। ਵਾਹ ਜੀ ਜੀ ਧੰਨਵਾਦ ਜੀ, ਬਹੁਤ ਬਹੁਤ।